ਛੁੱਟੀਆਂ ਸਾਨੂੰ ਹੋਣਗੀਆਂ ਜਦ ਛੁੱਟੀਆਂ ਸਾਨੂੰ ਹੋਣਗੀਆਂ ਸੋਹਣੇ ਕੱਪੜੇ ਪਾਵਾਂਗੇ ਘੁੰਮਣ ਆਪਾਂ ਜਾਵਾਂਗੇ ਵਧੀਆ ਖਾਣੇ ਖਾਵਾਂਗੇ ਰਲ ਖਲਾੜ ਖੇਡਾਂ ਖੇਡਾਂਗੇ ਜਦ ਛੁੱਟੀਆਂ ਸਾਨੂੰ ਹੋਣਗੀਆਂ ਬਹੁਤ ਬਹੁਤ ਸਵਾਗਤ ਜੀ ਆਨੂੰ ਪ੍ਰੋਗਰਾਮ ਗੱਲਾਂ ਤੇ ਗੀਤ ਮੈਂ ਤੁਹਾਡੇ ਨਾਲ ਬਰਨਕੌਰ ਮਾਨ ਤੇ ਗੱਲਾਂ ਤੇ ਗੀਤ ਦਾ ਸਾਡਾ ਅੱਜ ਦਾ ਵਿਸ਼ਾ ਵੀ ਛੁੱਟੀਆਂ ਨਾਲ ਜੁੜਿਆ ਹੋਇਆ ਕਿ ਬੱਚੇ ਜਿਹੜੇ ਆ ਉਹ ਛੁੱਟੀਆਂ ਦੇ ਵਿੱਚ ਕੀ ਕੀ ਕਰ ਸਕਦੇ ਆ ਬੱਚੇ ਜਿਹੜੇ ਆ ਛੁੱਟੀਆਂ ਦੇ ਵਿੱਚ ਆਪਣਾ ਸਮਾਂ ਕਿਦਾਂ ਬਿਤਾ ਸਕਦੇ ਆ ਤੇ ਇਸ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਦਰਯੋਦਨ ਗੁਰਦੇਵਾਲ ਸਿੰਘ ਜਿਹੜੇ ਕਿ ਉਪ ਜ਼ਿਲਾ ਸਿੱਖਿਆ ਅਫਸਰ ਨੇ ਪਠਾਨਕੋਟ ਤੋਂ ਸਾਡੇ ਕੋਲ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਥੈਂਕ ਯੂ ਮੈਮ ਮੇਰੇ ਵੱਲੋਂ ਤੁਹਾਡਾ ਤੁਹਾਡੀ ਪੂਰੀ ਟੀਮ ਦਾ ਤੇ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੱਚਿਆਂ ਦੀਆਂ ਛੁੱਟੀਆਂ ਨੂੰ ਰੋਚਕ ਬਣਾਉਣ ਦੇ ਢੰਗ ਤਰੀਕੇ ਇਸ ਦੇ ਉੱਪਰ ਗੱਲਬਾਤ ਕਰਾਂਗੇ ਆਪਾਂ ਤੇ ਪਹਿਲਾਂ ਸਾਰੇ ਦੱਸੋ ਕਿ ਜਿਹੜੀਆਂ ਛੁੱਟੀਆਂ ਹੁੰਦੀਆਂ ਆ ਇਹ ਛੁੱਟੀਆਂ ਲਈ ਹੁੰਦੀਆਂ ਐਸ਼ ਕਰਨ ਲਈ ਹੁੰਦੀਆਂ ਕਿ ਕੁਝ ਸਿੱਖਣ ਦੇ ਲਈ ਹੁੰਦੀਆਂ ਤੁਸੀਂ ਤਾਂ ਸਿੱਖਿਆ ਦੇ ਵਿਭਾਗ 'ਚ ਹੈਗੇ ਆ ਤੇ ਅਸੀਂ ਬਚਪਨ ਤੋਂ ਇਸ ਗੱਲ ਤੋਂ ਦੁਖੀ ਐ ਕਿ ਸਾਨੂੰ ਕੁਝ ਸਿੱਖਣ ਦੇ ਲਈ ਛੁੱਟੀਆਂ ਕਰਦੇ ਹੋ ਤੁਸੀਂ ਕਿ ਐਸ਼ ਕਰਨ ਦੇ ਲਈ ਦੇਖੋ ਜੀ ਇਹਦੇ ਵਿੱਚ ਦੋਨੋਂ ਚੀਜ਼ਾਂ ਕਵਰ ਹੁੰਦੀਆਂ ਜੀ ਛੁੱਟੀਆਂ ਦਾ ਮਤਲਬ ਹੈ ਕਿਈ ਵਾਰੀ ਆਪਾਂ ਜਦੋਂ ਛੁੱਟੀਆਂ ਦਾ ਨਾਂ ਸੁਣਦੇ ਆ ਤਾਂ ਇਹ ਸੋਚ ਲੈਂਦੇ ਆ ਕਿ ਇਹ ਛੁੱਟੀਆਂ ਸਿਰਫ ਐਸ ਵਾਸਤੇ ਹੈਗੀਆਂ ਘਰ ਬਹਿਣਾ ਲੇਟ ਉੱਠਣਾ ਔਰ ਬਾਕੀ ਸਾਰੀਆਂ ਜਿਹੜਾ ਰੁਟੀਨ ਤੋਂ ਹਟ ਕੇ ਕੰਮ ਕਰਨੇ ਪਰ ਅਜਿਹਾ ਨਹੀਂ ਹੁੰਦਾ ਜੀ ਛੁੱਟੀਆਂ ਇਸ ਕਰਕੇ ਹੁੰਦੀਆਂ ਕਿ ਥੋੜਾ ਜਿਹਾ ਵਾਤਾਵਰਣ ਜਾਂ ਤਾਂ ਗਰਮੀ ਵਾਲਾ ਹੁੰਦਾ ਜਾਂ ਸਰਦੀਆਂ ਦੇ ਵਿੱਚ ਜਦੋਂ ਹੁੰਦੀਆਂ ਤਾਂ ਸਰਦੀ ਵਾਲਾ ਵਾਤਾਵਰਣ ਹੁੰਦਾ ਇਸ ਕਰਕੇ ਬੱਚੇ ਬਿਮਾਰ ਨਾ ਹੋਣ ਜਿਆਦਾ ਗਰਮੀ ਨਾਲ ਜਾਂ ਜਿਆਦਾ ਸਰਦੀ ਨਾਲ ਤੇ ਘਰ ਬੈ ਕੇ ਹੀ ਉਹ ਆਪਣੀ ਪੜ੍ਹਾਈ ਕਰ ਸਕਣ ਇਸ ਕਰਕੇ ਛੁੱਟੀਆਂ ਹੁੰਦੀਆਂ ਤੇ ਇਸ ਦੀ ਰੁਟੀਨ ਜਿਹੜੀ ਆ ਉਹ ਵੱਖਰੇ ਤਰੀਕੇ ਨਾਲ ਸਮਝਣੀ ਚਾਹੀਦੀ ਹੈ ਕਿ ਆਪਾਂ ਪੜ੍ਹਾਈ ਦੇ ਨਾਲ ਵੀ ਜੁੜੇ ਰਹਿਣਾ ਤੇ ਨਾਲ ਦੀ ਨਾਲ ਜਿਹੜਾ ਆ ਆਪਣਾ ਮਨੋਰੰਜਨ ਵੀ ਆਪਾਂ ਕਰਨਾ ਹੈਗਾ ਇਸ ਕਰਕੇ ਛੁੱਟੀਆਂ ਜਿਹੜੀਆਂ ਹੁੰਦੀਆਂ ਬਾਕੀ ਇਹ ਆਪਣੀ ਫਿਜ਼ੀਕਲ ਜਿਹੜੀ ਫਿਟਨੈਸ ਹੈਗੀ ਆ ਉਹਨੂੰ ਰੱਖਣ ਵਾਸਤੇ ਤੇ ਆਪਣਾ ਜਿਹੜਾ ਗਰਮੀ ਤੇ ਸਰਦੀ ਤੋਂ ਆਪਣੇ ਬਚਣ ਵਾਸਤੇ ਬੱਚਿਆਂ ਨੂੰ ਘਰ ਰਹਿ ਕੇ ਪੜਨ ਵਾਸਤੇ ਛੁੱਟੀਆਂ ਹੁੰਦੀਆਂ ਚਲੋ ਜੀ ਗਰਮੀਆਂ ਤੇ ਸਿਆਲਾਂ ਤੋਂ ਬਚਣ ਦੇ ਲਈ ਛੁੱਟੀਆਂ ਹੁੰਦੀਆਂ ਤੇ ਸਾਨੂੰ ਇਹੀ ਲੱਗਦਾ ਰਿਹਾ ਛੁੱਟੀਆਂ ਖਰੇ ਨਾਨਕੇ ਜਾਣ ਨੂੰ ਹੁੰਦੀਆਂ ਪਰ ਇੱਕ ਗੱਲ ਹੋਰ ਤੇ ਮੈਂ ਕਿਹਾ ਜਨਨਾ ਟੀਚਰ ਮਸੀ ਮਸੀ ਅਸੀਂ ਟੀਚਰਾਂ ਤੋਂ ਬਹੁਤ ਪੜੇ ਆ ਤੇ ਤੁਸੀਂ ਟੀਚਰ ਆ ਤੇ ਅੱਜ ਟੀਚਿੰਗ ਦੀ ਫੀਲਡ 'ਚ ਆ ਤੇ ਮੈਂ ਇਹ ਬੱਚਿਆਂ ਵੱਲੋਂ ਸਵਾਲ ਜ਼ਰੂਰ ਪੁੱਛਣਾ ਚਾਹਨੀ ਆ ਇੱਕ ਛੁੱਟੀਆਂ ਦਾ ਕੰਮ ਦੇ ਕੇ ਤੁਸੀਂ ਸਾਡੇ ਬੱਚੇ ਹੁੰਦੀਆਂ ਜਿਹੜੇ ਟੀਵੀ ਦੇਖ ਰਹੇ ਹੋਣਗੇ ਇਸ ਟਾਈਮ ਛੋਟੇ-ਛੋਟੇ ਉਹਨਾਂ ਦੀਆਂ ਛੁੱਟੀਆਂ ਖਰਾਬ ਨਹੀਂ ਕਰ ਦਿੰਦੇ ਛੁੱਟੀਆਂ ਦਾ ਕੰਮ ਦੇ ਕੇ ਜਿਸ ਤਰ੍ਹਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਛੁੱਟੀਆਂ ਦੇ ਨਾਲ ਮਨੋਰੰਜਨ ਦੇ ਨਾਲ-ਨਾਲ ਆਪਾਂ ਪੜ੍ਹਾਈ ਦੇ ਨਾਲ ਵੀ ਜੁੜੇ ਰਹਿਣਾ ਹੈ ਬਿਲਕੁਲ ਜੇ ਮੰਨ ਲਓ 1 ਮਹੀਨੇ ਦੀਆਂ ਜਾਂ 40 ਦਿਨ ਦੀਆਂ ਛੁੱਟੀਆਂ ਹੈਗੀਆਂ ਤੇ ਜੇ 40 ਦਿਨ ਜਾਂ ਮਹੀਨਾ ਬੱਚਾ ਕਿਤਾਬ ਵੱਲ ਵੇਖੇਗਾ ਹੀ ਨਹੀਂ ਉਹਨੂੰ ਪੜ੍ਹਨਾ ਲਿਖਣਾ ਜਿਹੜਾ ਆ ਉਹ ਭੁੱਲ ਜਾਏਗਾ ਗੈਪ ਪੈ ਜਾਏਗਾ ਉਸ ਗੈਪ ਨੂੰ ਪੂਰਾ ਕਰਨ ਵਾਸਤੇ ਪੜ੍ਹਾਈ ਨੂੰ ਨਿਰਵਿਘਨ ਚਾਲੂ ਰੱਖਣ ਵਾਸਤੇ ਛੁੱਟੀਆਂ ਦਾ ਕੰਮ ਵੀ ਥੋੜਾ ਜਿਆਦਾ ਦੇਣਾ ਜ਼ਰੂਰੀ ਹੈਗਾ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ ਜੁੜੇ ਰਹਿਣ ਤੇ ਜਦੋਂ ਇਹ ਛੁੱਟੀਆਂ ਖਤਮ ਹੁੰਦੀਆਂ ਜਦੋਂ ਸਕੂਲ ਆਉਂਦੇ ਆ ਤੇ ਕੋਰੇ ਕਾਗਜ਼ ਨਾ ਬਣ ਕੇ ਆਣ ਬਿਲਕੁਲ ਥੋੜਾ ਬਹੁਤ ਸਿੱਖ ਕੇ ਆਣ ਬਿਲਕੁਲ ਕੰਦੇ ਨਾ ਕਿ ਸਿੱਖਣਾ ਬਹੁਤ ਜ਼ਰੂਰੀ ਆ ਆਪਾਂ ਜਦੋਂ ਗਲਤ ਆ ਵੈਸੇ ਬਹੁਤ ਦਮਦਾਰ ਕੀਤੀ ਹੈ ਤੁਸੀਂ ਵਜ਼ਨਦਾਰ ਕੀਤੀ ਹੈ ਤੁਸੀਂ ਸਾਨੂੰ ਹੀ ਨਿੱਕੇ ਹੁੰਦਿਆਂ ਨੂੰ ਲੱਗਦਾ ਹੁੰਦਾ ਕਿ ਸਾਨੂੰ ਕੁਝ ਨਹੀਂ ਭੁੱਲਦਾ ਪਰ ਮੈਨੂੰ ਲੱਗਦਾ ਹੁੰਦਾ ਕਿ ਵਾਕਈ ਜਿਹੜਾ 40 ਦਿਨਾਂ ਦਾ ਗੈਪ ਆ ਜਾਂ 30 ਦਿਨਾਂ ਦਾ ਗੈਪ ਆ ਕਿਤਨਾ ਕਿਤੇ ਬੰਦੇ ਦਾ ਦਿਮਾਗ ਹੋਰ ਪਾਸੇ ਚੱਲਿਆ ਜਾਂਦਾ ਸੀ ਕਿਤਾਬਾਂ ਨਾਲੋਂ ਬਿਲਕੁਲ ਟੁੱਟ ਜਾਂਦੇ ਆ ਤੇ ਆਪਾਂ ਕਿਤਾਬਾਂ ਤੋਂ ਨਾ ਟੁੱਟੀਏ ਤਾਂ ਮੈਡਮਾਂ ਸਾਨੂੰ ਕੰਮ ਦਿੰਦੀਆਂ ਹੁੰਦੀਆਂ ਸੀ ਜਾਂ ਹੁਣ ਦਿੰਦੀਆਂ ਨੇ ਪਰ ਜੇ ਸਾਨੂੰ ਛੁੱਟੀਆਂ ਦਾ ਕੰਮ ਮਿਲ ਗਿਆ ਇੰਨਾ ਵੱਡਾ ਕੰਮ ਦੇ ਦਿੱਤਾ ਸਾਨੂੰ ਸਾਡੇ ਟੀਚਰਸ ਨੇ ਤਿਹਨੋ ਰੋਚਕ ਕਿਦਾਂ ਬਣਾਇਆ ਜਾਵੇ ਕਿ ਉਹ ਬੋਰਿੰਗ ਨਾ ਲੱਗੇ ਰੋਣ ਹਾਕੇ ਨਾ ਹੋ ਜਾਣ ਬੱਚੇ ਕਿ ਲਓ ਜੀ ਪਹਿਲਾਂ ਸਕੂਲੇ ਵੀ ਕਾਪੀਆਂ ਹੀ ਪੂਰੀਆਂ ਕਰਦੇ ਰਹੇ ਹੁਣ ਘਰ ਆ ਕੇ ਵੀ ਕਾਪੀਆਂ ਹੀ ਪੂਰੀਆਂ ਕਰੀ ਜਾਂਦੇ ਆ ਇਹ ਦੇਖੋ ਬੋਰਿੰਗ ਤਾਂ ਲੱਗਦਾ ਜੇ ਆਪਾਂ ਉਸ ਨੂੰ ਡਿਲੇ ਕਰਦੇ ਆ ਅੱਛਾ ਜੀ ਜੇ ਤੇ ਕੰਮ ਰੂਟੀਨ ਦੇ ਵਿੱਚ ਕੀਤਾ ਜਾਏ ਜੇ ਮੰਨ ਲਓ 30 ਦਿਨ ਦੀਆਂ ਛੁੱਟੀਆਂ ਆ ਕੇ ਟੀਚਰ ਨੇ ਕਹਿਤਾ ਕਿ 30 ਦਿਨ ਤੂੰ ਹੈਂਡਰਾਈਟਿੰਗ ਕਰਨੀ ਹੈ ਉਸੇ ਲੇਖ ਲਿਖਣਾ ਹੈ ਤੇ ਜੇ ਅਸੀਂ ਪਹਿਲਾ ਹਫਤਾ ਕੀਤਾ ਹੀ ਨਹੀਂ 15 ਦਿਨ ਕੀਤਾ ਹੀ ਨਹੀਂ ਉਸ ਤੋਂ ਬਾਅਦ ਹੈਂਡਰ ਦੇ ਦਿਨਾਂ ਦੇ ਵਿੱਚ ਆਪਾਂ ਸੋਚਣ ਲੱਗ ਪਏ ਵੀ ਹੁਣ ਕਿੱਦਾਂ ਕਰੀਏ ਜੇ ਅਸੀਂ ਰੁਟੀਨ ਦੇ ਵਿੱਚ ਉਹ ਕੰਮ ਨੂੰ ਰੋਜ਼ਾਨਾ ਇੱਕ ਟਾਈਮ ਟੇਬਲ ਬਣਾ ਕੇ 2 ਘੰਟੇ ਜਾਂ 4 ਘੰਟੇ ਦਾ ਜੇ ਆਪਾਂ ਰੋਜ਼ਾਨਾ ਕਰੀਏ ਤੇ ਉਹ ਬਿਲਕੁਲ ਬੋਰਿੰਗ ਨਹੀਂ ਲੱਗੇਗਾ ਤੇ ਨਾਲ ਦੀ ਨਾਲ ਅਸੀਂ ਪੜ੍ਹਾਈ ਦੇ ਨਾਲ ਵੀ ਜੁੜੇ ਰਾਵਾਂਗੇ ਤੇ ਹੋਰ ਵੀ ਬਾਕੀ ਕੰਮ ਜਿਹੜੇ ਮਨੋਰੰਜਨ ਨਾਲ ਸੰਬੰਧਿਤ ਹੈਗੇ ਆ ਚਾਹੇ ਟੀਵੀ ਦੇਖਣਾ ਚਾਹੇ ਮੋਬਾਈਲ ਸਾਰੇ ਕੰਮ ਆਪਾਂ ਟਾਈਮ ਦੇ ਵਿੱਚ ਰਹਿ ਕੇ ਟਾਈਮ ਟੇਬਲ ਦੇ ਵਿੱਚ ਰਹਿ ਕੇ ਕਰ ਸਕਨੇ ਆ ਜਿਹੜਾ ਤੁਸੀਂ ਕਿਹਾ ਕਿ ਅਖੀਰ ਦੇ ਉੱਤੇ ਫਿਰ ਆਪਾਂ ਫੜਾਫਟ ਕੰਮ ਕਰੀਦਾ ਹੈਂਡ ਰਾਈਟਿੰਗ ਦੀ ਗੱਲ ਹੋਈ ਆ ਕਦੇ ਕਦੇ ਮੈਨੂੰ ਲੱਗਦਾ ਹੁੰਦਾ ਹੈ ਕਿ ਸਾਡੇ ਟੀਚਰਾਂ ਨੇ ਸਾਨੂੰ ਬਹੁਤ ਲਖਾਇਆ ਕਿ ਹੈਂਡ ਰਾਈਟਿੰਗ ਸੋਹਣੀ ਹੋ ਜਵੇ ਪਰ ਹੁਣ ਫੋਨ ਨੇ ਸਾਡੀ ਹੈਂਡ ਰਾਈਟਿੰਗ ਰੈਂਦੀ ਵੀ ਖਰਾਬ ਕਰ ਦਿੱਤੀ ਕੁਝ ਮੇਰੇ ਅਰਗਿਆਂ ਦੀ ਤੁਹਾਡੀ ਗੱਲ ਨਹੀਂ ਕਰ ਰਹੀ ਹੁਣ ਇੱਥੇ ਗੱਲ ਇਹ ਆਉਂਦੀ ਹੈ ਕਿ ਜਦੋਂ ਬੱਚੇ ਇੱਕਦਮ ਅਖੀਰ ਦੇ ਉੱ ਫਿਰ ਮੈਨੂੰ ਲੱਗਦਾ ਬੱਚੇ ਨੂੰ ਕੋਈ ਚੇਤਾ ਵੀ ਨਹੀਂ ਹੁੰਦਾ ਹੋਣਾ ਰਾਈਟਿੰਗ ਵੀ ਨਹੀਂ ਸੋਹਣੀ ਹੁੰਦੀ ਹੋਣੀ ਬਸ ਉਹ ਕੁਝ ਸਿੱਖਿਆ ਵੀ ਨਹੀਂ ਹੋਣਾ ਫਿਰ ਤਾਂ ਬੱਚੇ ਨੇ ਜੇ ਰੋਜ਼-ਰੋਜ਼ ਕਰੂਗਾ ਫਿਰ ਸਿੱਖੂਗਾ ਬਿਲਕੁਲ ਜੀ ਜੇ ਅਸੀਂ ਰੋਜ਼ਾਨਾ ਕਰਾਂਗੇ ਫਿਰ ਹੀ ਉਹਦੇ ਨਾਲ ਇਨ ਟੱਚ ਵੀ ਰਾਵਾਂਗੇ ਤੇ ਨਾਲ ਦੀ ਨਾਲ ਸਿੱਖ ਦੇ ਦੇਵਾਂਗੇ ਵੀ ਰਾਵਾਂਗੇ ਜੇ ਅਸੀਂ ਸੋਚਾਂਗੇ ਕਿ ਐਂਡ ਦੇ ਵਿੱਚ ਆਪਾਂ ਕਰਨਾ ਹੈ ਤੇ ਫਿਰ ਆਪਾਂ ਜਲਦੀ-ਜਲਦੀ ਦੇ ਵਿੱਚ ਉਹਨੂੰ ਖਾਣਾ ਪੂਰਤੀ ਕਰਾਂਗੇ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਸਿੱਖਣ ਵਾਲੀ ਜਿਹੜੀ ਜਗ੍ਹਾ ਹੈਗੀ ਆ ਉਹ ਖਤਮ ਹੋ ਜਾਏਗੀ ਇਸ ਕਰਕੇ ਰੋਜ਼ਾਨਾ ਇੱਕ ਟਾਈਮ ਟੇਬਲ ਬਣਾ ਕੇ ਜਿਸ ਤਰ੍ਹਾਂ ਸਕੂਲ ਦਾ ਟਾਈਮ ਟੇਬਲ ਹੁੰਦਾ ਸਕੂਲ ਦੇ ਟਾਈਮ ਟੇਬਲ ਦੇ ਅਨਸਾਰ ਪੀਰੀਅਡ ਲੱਗਦੇ ਆ ਉਸੇ ਤਰ੍ਹਾਂ ਘਰ ਦਾ ਵੀ ਛੁੱਟੀਆਂ ਦਾ ਇੱਕ ਟਾਈਮ ਟੇਬਲ ਪੇਰੈਂਟਸ ਤੇ ਬੱਚਿਆਂ ਨੂੰ ਇਕੱਠਿਆਂ ਨੂੰ ਬੈ ਕੇ ਬਣਾਉਣਾ ਚਾਹੀਦਾ ਤਾਂ ਜੋ ਬੱਚੇ ਵੀ ਉਹਦੇ ਵਿੱਚ ਕੰਫਰਟੇਬਲ ਫੀਲ ਕਰਨ ਤੇ ਪੇਰੈਂਟਸ ਵੀ ਉਹਨੂੰ ਇੱਕ ਟਾਈਮ ਟੇਬਲ ਦੇ ਵਿੱਚ ਬੰਨ ਕੇ ਤੇ ਆਪਣਾ ਕੰਮ ਵੀ ਕਰਵਾ ਲੈਣ ਛੁੱਟੀਆਂ ਦਾ ਕੰਮ ਵੀ ਕਰਵਾ ਲੈਣ ਤੇ ਨਾਲ ਦੀ ਨਾਲ ਉਹਦਾ ਮਨੋਰੰਜਨ ਦਾ ਵੀ ਧਿਆਨ ਰੱਖਿਆ ਜਾਏ ਬਿਲਕੁਲ ਇਸ ਤਰੀਕੇ ਨਾਲ ਆਪਣਾ ਰੌਚਕ ਹੋ ਸਕਦਾ ਆ ਉਹਨੂੰ ਆਪਾਂ ਹੋਮ ਸਿਲੇਬਸ ਕਹਿੰਦਾ ਹਨਾ ਕੀ ਹੋਮਵਰਕ ਕਹੀਦਾ ਹੁਣ ਇੰਨੇ ਸਾਲ ਹੋ ਗਿਆ ਕੀਤਾ ਨਹੀਂ ਨਾ ਪਰ ਇੱਕ ਗੱਲ ਇਹ ਆਉਂਦੀ ਹੈ ਕਿ ਛੁੱਟੀਆਂ ਹੋਈਆਂ ਅੱਜਕੱਲ ਨਾ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਕੈਂਪ ਲਾਓ ਜੀ ਬੱਚਿਆਂ ਦੇ ਕਿਤੇ ਉਹਨਾਂ ਦੀ ਡਾਂਸ ਕਲਾਸ ਲੱਗ ਰਹੀ ਆ ਸਮਰ ਕੈਂਪ ਜਿਹਨਾਂ ਨੂੰ ਆਪਾਂ ਕਹਿੰਦੇ ਕਿਤੇ ਉਹਨਾਂ ਦੀ ਸਵੀਵਿੰਗ ਪੂਲ ਦੀ ਕਲਾਸ ਲੱਗ ਰਹੀ ਕਿਤੇ ਕੋਈ ਕਲਾਸ ਲੱਗ ਰਹੀ ਸਾਰੇ ਨਿਆਣੇ ਭੱਜੇ ਹੀ ਫਿਰਦੇ ਆ ਇਹ ਜਿਹੜੇ ਸਮਰ ਕੈਂਪ ਆ ਇਹ ਤੁਹਾਨੂੰ ਕੀ ਲੱਗਦਾ ਕਿ ਕਿਸ ਹੱਦ ਤੱਕ ਬੱਚਿਆਂ ਨੂੰ ਇਹਨਾਂ ਦੇ ਵਿੱਚ ਪਾਉਣਾ ਚਾਹੀਦਾ ਦੇਖੋ ਸਮਰ ਕੈਂਪ ਇੱਕ ਨਵੇਂ ਮੈਂ ਕਹਾਂਗਾ ਕਿ ਨਵਾਂ ਟ੍ਰੈਂਡ ਚੱਲਿਆ ਆ ਜੀ ਪਹਿਲਾਂ ਜਿਹੜਾ ਇਹ ਦੇਖਿਆ ਜਾਂਦਾ ਸੀਗਾ ਕਿ ਵੱਡੇ ਜਿਹੜੇ ਜਿਆਦਾ ਪੈਸਿਆਂ ਵਾਲੇ ਲੋਕ ਹੈਗੇ ਆ ਉਹੀ ਸਮਰ ਕੈਂਪਾਂ ਦੇ ਵਿੱਚ ਬੱਚਿਆਂ ਨੂੰ ਭੇਜਦੇ ਸੀ ਜੀ ਹੁਣ ਹੋਲੀ-ਹੋਲੀ ਇਹ ਚੀਜ਼ਾਂ ਜਿਹੜੀਆਂ ਆ ਰੂਟ ਲੈਵਲ ਤੇ ਵੀ ਆ ਗਈਆਂ ਜੀ ਔਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਵੀ ਸਮਰ ਕੈਂਪ ਲੱਗ ਰਹੇ ਆ ਔਰ ਐਨ ਜੀਓਜ਼ ਹੈਗੇ ਆ ਅਲੱਗ-ਅਲੱਗ ਉਹ ਵੀ ਬੱਚਿਆਂ ਨੂੰ ਨਵੀਆਂ ਟੈਕਨੀਕ ਸਿੱਖਣ ਵਾਸਤੇ ਚਾਹੇ ਉਹ ਆਪਣੇ ਇਤਿਹਾਸ ਨਾਲ ਜੋੜਨ ਲਈ ਚਾਹੇ ਉਹ ਤੇ ਰਾਕੀ ਸਿਖਾਉਣ ਵਾਸਤੇ ਚਾਹੇ ਕੋਈ ਚਿੱਤਰ ਕਲਾ ਸਿਖਾਉਣ ਵਾਸਤੇ ਹਮਮ ਸੰਗੀਤ ਨਾਲ ਜੋੜਨ ਵਾਸਤੇ ਜੋ ਜੋ ਵੀ ਰੁਚੀ ਹੈ ਉਸ ਬੱਚੇ ਦੀ ਉਸ ਰੁਚੀ ਦੇ ਮੁਤਾਬਿਕ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਟੈਕਸਟ ਬੁక్స్ ਦੇ ਨਾਲ ਨਾਲ ਹੋਰ ਕਲਾਵਾਂ ਸਿੱਖਣ ਵਾਸਤੇ ਇਹ ਜਿਹੜੇ ਸਮਰ ਕੈਂਪ ਲਗਾਏ ਜਾ ਰਹੇ ਹਨ ਔਰ ਮੇਰੇ ਨਜ਼ਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਸਮਰ ਕੈਂਪ ਹੈਗੇ ਆ ਬੱਚਿਆਂ ਦੇ ਸਰਪੱਖੀ ਵਿਕਾਸ ਵਾਸਤੇ ਇੱਕ ਅਹਿਮ ਰੋਲ ਜਿਹੜਾ ਆਦਾ ਕਰ ਸਕਦੇ ਕਿਉਂਕਿ ਉਹਨੇ ਆਪਣੀ ਰੁਚੀ ਦੇ ਅਨਸਾਰ ਸਮਰ ਕੈਂਪ ਚੁਣਨਾ ਸਮਰ ਕੈਂਪ ਦੀ ਐਕਟੀਵਿਟੀਜ਼ ਚੁਣਨੀ ਹੈ ਔਰ ਯੋਗਾ ਇਸ ਵੇਲੇ ਬੜਾ ਪ੍ਰਚਲਿਤ ਹੈਗਾ ਫਿਜ਼ੀਕਲ ਫਿਟਨੈਸ ਨੂੰ ਫੋਕਸ ਕਰਦਾ ਹੈਗਾ ਸੋ ਇਹ ਚੀਜ਼ਾਂ ਵੀ ਸਿਖਾਈਆਂ ਜਾਂਦੀਆਂ ਸਮਰ ਕੈਂਪ ਦੇ ਵਿੱਚ ਔਰ ਅਲੱਗ-ਅਲੱਗ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹਨੂੰ ਵੀ ਟਾਈਮ ਟੇਬਲ ਦੇ ਵਿੱਚ ਬੰਨ ਕੇ ਰੋਜ਼ਾਨਾ ਸਿਖਾਇਆ ਜਾਂਦਾ ਹੈ ਔਰ ਇਹਦਾ ਬੱਚਿਆਂ ਦੇ ਉੱਤੇ ਵੀ ਲਗ ਪ੍ਰਭਾਵ ਪੈਂਦਾ ਉਹ ਨਾਲ ਨਾਲ ਪੇਰੈਂਟਸ ਵੀ ਇਹ ਚੀਜ਼ ਚਾਹੁੰਦੇ ਹੈਗੇ ਅੱਛਾ ਜੀ ਕਿਉਂਕਿ ਜਦੋਂ ਜੇ ਬੱਚਾ 30 ਦਿਨ ਘਰ ਰਹਿ ਰਿਹਾ ਤੇ ਪੇਰੈਂਟਸ ਜਦੋਂ ਛੁੱਟੀਆਂ ਪੈਂਦੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਹੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਕਿ ਹੁਣ 30 ਦਿਨ ਬੱਚੇ ਨੇ ਘਰ ਰਹਿਣਾ ਜੀ ਇਹਨੂੰ ਅਸੀਂ ਕਿਸ ਤਰ੍ਹਾਂ ਟੈਕਲ ਕਰਨਾ ਇਸ ਤਰ੍ਹਾਂ ਹੈਂਡਲ ਕਰਨਾ ਹੈ ਬੱਚੇ ਨੇ ਦੇਖੋ ਪੜ੍ਹਨਾ ਵੀ ਹੈ ਔਰ ਸ਼ੈਤਾਨੀਆਂ ਵੀ ਕਰਨੀਆਂ ਹੈਗੀਆਂ ਸਕੂਲ ਦੇ ਵਿੱਚ ਤੇ ਟੀਚਰ ਉਹਨਾਂ ਨੂੰ ਹੈਂਡਲ ਕਰਦੇ ਆ ਔਰ ਪੇਰੈਂਟਸ ਥੋੜੇ ਜੇ ਮੁਸ਼ਕਿਲ ਫੀਲ ਕਰਦੇ ਆ ਕਿ ਆ ਛੁੱਟੀਆਂ ਆ ਗਈਆਂ ਜੀ ਹੁਣ ਇਹਨਾਂ ਨੂੰ 30 ਦਿਨ ਕਿੱਦਾਂ ਆਪ ਹੈਂਡਲ ਕਰੀਏ ਉਹ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਅੰਗੇਜ ਜਾਏ ਤਾਂ ਜੋ ਬੱਚੇ ਕੁਝ ਨਵੀਆਂ ਚੀਜ਼ਾਂ ਸਿੱਖਣ ਔਰ ਜਦੋਂ ਉਹ ਸਕੂਲ ਦੇ ਵਿੱਚ ਵਾਪਸ ਜਾਣ ਛੁੱਟੀਆਂ ਬਿਤਾਉਣ ਤੋਂ ਬਾਅਦ ਤੇ ਆਪਣੇ ਸਹਿਪਾਠੀਆਂ ਦੇ ਨਾਲ ਵੀ ਇਹ ਚੀਜ਼ਾਂ ਸਾਂਝੀਆਂ ਕਰਨ ਤੇ ਉਹ ਵੀ ਉਹਦੇ ਵੱਲ ਦੇਖ ਕੇ ਮੋਟੀਵੇਟ ਹੋਣ ਤੇ ਇਹ ਚੀਜ਼ਾਂ ਉਹਨਾਂ ਨੂੰ ਵੀ ਗ੍ਰਹਿਣ ਕਰਨ ਦਾ ਮੌਕਾ ਮਿਲੇ ਆਪਣੇ ਸਹਿਪਾਠੀਆਂ ਥਰੂ ਜੀ ਇਹ ਬਹੁਤ ਵਧੀਆ ਇਹਨਾਂ ਨੇ ਪੋਜ਼ਿਟਿਵ ਪੱਖ ਦੱਸਿਆ ਸਕਾਰਾਤਮਕ ਪੱਖ ਦੱਸਿਆ ਸਮਰ ਕੈਂਪਾਂ ਦੇ ਪਰ ਜੇ ਦੂਜਾ ਪਾਸਾ ਦੇਖਿਆ ਜਾਵੇ ਕਿ ਕੁਝ ਬੱਚੇ ਨਹੀਂ ਲਾਉਣਾ ਚਾਹੁੰਦੇ ਪਰ ਮਾਂ ਬਾਪ ਨੂੰ ਤੱਕੇ ਨਸ ਖੋਣਾ ਚਾਹੁੰਦੇ ਕਿ ਨਹੀਂ ਤੂੰ ਇਹ ਜਾਣਾ ਹੀ ਜਾਣਾ ਸਾਡੇ ਕੋਲ ਤੈਨੂੰ ਸਾਂਭਣ ਦਾ ਟਾਈਮ ਨਹੀਂ ਹੁੰਦਾ ਤੂੰ ਇਹ ਕਰਨਾ ਹੀ ਕਰਨਾ ਉਹ ਬੱਚੇ ਤੇ ਪੋਜ਼ਿਟਿਵ ਅਸਰ ਪਾਊਗਾ ਕਿ ਤੱਕੇ ਨਾਲ ਸਿਖਾਈ ਹੋਈ ਤੈराकी ਬੱਚਾ ਮੰਨ ਮਾਰ ਕੇ ਛੁੱਟੀਆਂ ਉਹਦੇ ਵਿਕਾਸ ਦੇ ਲਈ ਆ ਪਰ ਅਸੀਂ ਉੱਥੇ ਵੀ ਬੱਚੇ ਨਾਲ ਤੱਕਾ ਕਰ ਰਹੇ ਹਾਂ ਨਹੀਂ ਤੂੰ ਆ ਸਿੱਖੀ ਸਿੱਖ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਮੈਂ ਬੱਚੇ ਤੇ ਪੇਰੈਂਟਸ ਦੋਨਾਂ ਨੂੰ ਬੈਠ ਕੇ ਇਹ ਚੀਜ਼ ਡਿਸਾਈਡ ਕਰਨੀ ਚਾਹੀਦੀ ਹੈ ਕਿ ਬੱਚੇ ਦੀ ਰੁਚੀ ਕਿਹੜੇ ਪਾਸੇ ਹੈ ਜੀ ਬੱਚਾ ਕੀ ਚੀਜ਼ ਸਿੱਖਣਾ ਚਾਹੁੰਦਾ ਹੈ ਹਮ ਕਿਉਂਕਿ ਜੇ ਬੱਚੇ ਨੂੰ ਸਹੀ ਰੁਚੀ ਵਾਲੇ ਪਾਸੇ ਲਗਾਇਆ ਜਾਏ ਉਹਦੇ ਵਿੱਚ ਹੀ ਹੋ ਸਕਦਾ ਅੱਗੇ ਨੂੰ ਉਹ ਆਪਣਾ ਕੈਰੀਅਰ ਬਣਾ ਲੇ ਜੀ ਜਿਸ ਤਰ੍ਹਾਂ ਮੰਨ ਲਓ ਕੋਈ ਬੱਚਾ ਸੰਗੀਤ ਵਾਲੇ ਪਾਸੇ ਜਾਣਾ ਚਾਹੁੰਦਾ ਸੰਗੀਤ ਦੇ ਵਿੱਚ ਉਹਦੀ ਰੁਚੀ ਹੈਗੀ ਹੈ ਉਹ ਜਾ ਕੇ ਸੰਗੀਤ ਸਿੱਖਦਾ ਹੈ ਹਮ ਔਰ ਹੌਲੀ-ਹੌਲੀ ਉਹਦੇ ਵਿੱਚ ਹੀ ਉਹ ਆਪਣਾ ਕੈਰੀਅਰ ਬਣਾ ਕੇ ਇੱਕ ਵਧੀਆ ਕਲਾਕਾਰ ਬਣ ਜਾਂਦਾ ਜੀ ਤੋ ਬੱਚੇ ਤੇ ਪੇਰੈਂਟਸ ਨੂੰ ਇਕੱਠੇ ਬੈਠ ਕੇ ਕਾਉਂਸਲਿੰਗ ਕਰਨੀ ਚਾਹੀਦੀ ਹੈ ਔਰ ਇਹ ਲੱਭਣਾ ਚਾਹੀਦਾ ਕਿ ਕਿਸ ਫੀਲਡ ਦੇ ਵਿੱਚ ਉਹਨੂੰ ਸਮਰ ਕੈਂਪ ਜਿਹੜਿਆ ਲਗਾਉਣੇ ਚਾਹੀਦੇ ਆ ਤੇ ਤਾਂ ਜੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਇੰਜੋਏ ਵੀ ਕਰੇ ਤੇ ਨਾਲ ਦੀ ਨਾਲ ਸਿੱਖੇ ਵੀ ਬਿਲਕੁਲ ਤੇ ਹੁਣ ਆਪਾਂ ਆਉਣੇ ਆ ਮੇਰੀ ਪਸੰਦੀਦਾ ਗੱਲ ਦੇ ਉੱਤੇ ਨਾਨਕਿਆਂ ਦੇ ਉੱਤੇ ਨਾਨਕੇ ਜਾਣਾ ਸਾਡੇ ਲਈ ਛੁੱਟੀਆਂ ਦਾ ਮਤਲਬ ਹੁੰਦਾ ਸੀ ਸਿਰਫ ਨਾਨਕੇ ਜਾਣਾ ਜਾਂ ਫਿਰ ਕਿਸੇ ਹੋਰ ਰਿਸ਼ਤੇਦਾਰ ਦੇ ਘਰ ਜਾਣਾ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਮੁਹੱਬਤ ਕਰਦੇ ਹੋ ਤੇ ਹੁਣ ਮੈਨੂੰ ਲੱਗਦਾ ਹੈ ਕਿ ਨਾਨਕੇ ਜਾਣ ਦਾ ਰੁਝਾਨ ਸ਼ਾਇਦ ਪਹਿਲਾਂ ਨਾਲੋਂ ਘਟਣ ਲੱਗਿਆ। ਡਿਜੀਟਲ ਤੁਸੀਂ ਕੀ ਕਹੋਗੇ ਕਿ ਨਾਨਕੇ ਜਿਹੜੇ ਆ ਬੱਚਿਆਂ ਦੀ ਛੁੱਟੀ ਜਿਹੜੀ ਹੈ ਉਹਨੂੰ ਰੋਚਕ ਬਣਾਉਣ 'ਚ ਕਿੱਡਾ ਵੱਡਾ ਯੋਗਦਾਨ ਪਾਉਂਦੇ ਆ। ਦੇਖੋ ਜਦੋਂ ਬਾਹਰ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਆ ਚਾਹੇ ਉਹ ਨਾਨਕੇ ਆ ਚਾਹੇ ਉਹ ਮਾਸੀਆਂ ਆ ਭੂਆ ਆ ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ ਨਾਤੇ ਇਹ ਅਦੋਈ ਅੱਛੇ ਲੱਗਦੇ ਆ ਜਿਹਾ ਅਸੀਂ ਉਹਨਾਂ ਦੇ ਨਾਲ ਮਿਲਣਾ ਵਰਤਣਾ ਜੇ ਚਾਰੀ ਦਖਦੇ ਆ ਬਿਲਕੁਲ ਔਰ ਅੱਜ ਕੱਲ ਦੀ ਜੋ ਕਿ ਜ਼ਿੰਦਗੀ ਦੇ ਵਿੱਚ ਮੈਂ ਵੀ ਇਹ ਚੀਜ਼ ਦੇਖੀ ਹੈਗੀ ਹੈ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਉਹ ਨੇੜਤਾ ਨਹੀਂ ਰਹੀ ਜਿਹੜੀ ਕਿ ਅਸੀਂ ਬੱਚਿਆਂ ਦੇ ਵਿੱਚ ਪਾਲਦੇ ਆ ਬਿਲਕੁਲ ਜੇ ਅਸੀਂ ਆਪਣੇ ਜੀਸਤਾ ਜਰਾਂ ਦੇ ਨਾਲ ਮਿਲਾਂਗੇ ਤੇ ਫਿਰ ਹੀ ਉਹ ਸਾਡੇ ਬੱਚੇ ਵੀ ਸਾਨੂੰ ਦੇਖ ਕੇ ਆਪਣੇ ਜੀਸਤਾ ਜਰਾਂ ਦੇ ਨਾਲ ਮਿਲਣਾ ਸ਼ੁਰੂ ਕਰਾਂਗੇ ਕਰਨਗੇ ਤੇ ਜੇ ਅਸੀਂ ਬੱਚੇ ਨੂੰ ਮਾ ਆਪਣੇ ਨਾਨਕੇ ਜੇ ਭੇਜਣਾ ਚਾਹੁੰਦੇ ਆ ਤਾਂ ਅਸੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਨਾਲ ਜਾਈਏ ਉਹਨਾਂ ਦੇ ਇਕੱਲੇ ਨਾ ਛੱਡੀਏ ਕਿਉਂਕਿ ਇੱਕ ਇੱਕ ਦੋ ਦੋ ਬੱਚੇ ਆ ਗਿਆ ਹੈ ਔਰ ਬੱਚਿਆਂ ਨੂੰ ਅਸੀਂ ਸੁਰੱਖਿਅਤ ਫੀਲ ਕਰਾਉਣ ਵਾਸਤੇ ਆਪਣੇ ਕੋਲ ਰੱਖਣਾ ਪਸੰਦ ਕਰਦੇ ਆਂ ਇਕੱਲੇ ਨੂੰ ਨਹੀਂ ਛੱਡਣਾ ਪਸੰਦ ਕਰਦੇ ਜੀ ਔਰ ਜੇ ਅਸੀਂ ਭੇਜਦੇ ਵੀ ਆ ਤਾਂ ਅਸੀਂ ਸਾਡੇ ਦਿਮਾਗ ਦੇ ਵਿੱਚ ਵੀ ਕਈ ਚੀਜ਼ਾਂ ਹੁੰਦੀਆਂ ਉਹ ਫਲਾਣੇ ਦੇ ਜਾਣਾ ਫਲਾਣੇ ਦੇ ਘਰ ਨਹੀਂ ਜਾਣਾ ਹਾਂ ਸਾਡੀ ਜਦੋਂ ਮੈਂ ਛੋਟੀ ਸੀ ਉਦੋਂ ਨਹੀਂ ਸੀ ਹੁੰਦਾ ਇਹ ਬਿਲਕੁਲ ਬਿਲਕੁਲ ਤੋ ਇਹ ਇਸੇ ਕਰਕੇ ਹੋਇਆ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਹੌਲੀ-ਹੌਲੀ ਜਿਹੜੀਆਂ ਜ਼ਰਾਰਾਂ ਪੈ ਰਹੀਆਂ ਦੂਰੀਆਂ ਜਿਹੜੀਆਂ ਵਧ ਰਹੀਆਂ ਚਾਹੇ ਉਹ ਬਿਜ਼ੀ ਹੋਣ ਕਰਕੇ ਲਾਈਫ ਇਹ ਸਾਰੀਆਂ ਕੁਝ ਹੋ ਰਹੀਆਂ ਪਰ ਇਹ ਕਿ ਰਿਸ਼ਤੇਦਾਰੀ ਦੇ ਵਿੱਚ ਮਿਲਣਾ ਵਰਤਣਾ ਵੀ ਬਹੁਤ ਜ਼ਰੂਰੀ ਹੈਗਾ ਜੇ ਬੱਚਿਆਂ ਨੂੰ ਆਪਾਂ ਰਿਸ਼ਤੇਦਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮਿਲਣਾ ਸਿਖਾਵਾਂਗੇ ਤਾਂ ਇਹ ਉਹ ਨਦਿਸ ਤੇ ਇਸ ਤਿਆਂ ਦਾ ਪਤਾ ਲੱਗੇਗਾ ਤੇ ਰਿਸ਼ਤੇਦਾਰਾਂ ਦੇ ਨਾਲ ਕਿਸ ਤਰ੍ਹਾਂ ਮਿਲਣਾ ਹੈ ਫਿਰ ਉਹ ਇਹੀ ਚੀਜ਼ ਸਮਝ ਸਕਣਗੇ ਬਿਲਕੁਲ ਬੱਚਿਆਂ ਨੂੰ ਰੌਟਿਕ ਜਿਹੜਾ ਛੁੱਟੀਆਂ ਉਹਨਾਂ ਦੀਆਂ ਹੋਣ ਉਹ ਪਸੰਦ ਕਰਨ ਫਿਰ ਉਹਨਾਂ ਨੂੰ ਰਿਸ਼ਤੇਦਾਰੀ ਦੇ ਵਿੱਚ ਭੇਜਿਆ ਜਾਵੇ ਬੱਚੇ ਸਿੱਖਦੇ ਵੀ ਮੈਨੂੰ ਲੱਗਦਾ ਬੜਾ ਕੁਝ ਹੈਗੇ ਨਾ ਕਿਉਂਕਿ ਅੰਕਲ ਆਂਟੀਆਂ ਤੋਂ ਚਾਚੇ ਤਾਇਆ ਤੱਕ ਦਾ ਜਿਹੜਾ ਮੋਹ ਆ ਉਹ ਵੱਖਰਾ ਹੀ ਹੁੰਦਾ ਆ ਤੇ ਦੂਸਰੇ ਪਾਸੇ ਖੇਡਣ ਦੀ ਗੱਲ ਆਪਾਂ ਹੁਣ ਕਰਾਂਗੇ ਛੁੱਟੀਆਂ ਹੋਣ ਤੇ ਛੁੱਟੀਆਂ ਦੇ ਵਿੱਚ ਬੱਚੇ ਨਾ ਖੇਡਣ ਚਾਹੇ ਅੱਤ ਦੀ ਗਰਮੀ ਹੋਵੇ ਚਾਹੇ ਬਹੁਤ ਗਰਮੀ ਹੋਵੇ ਮਾਮਾ ਨੂੰ ਰੋਕਣਾ ਪੈਂਦਾ ਖੇਡਣ ਨਾ ਜਾਓ ਹਾਲਾਂਕਿ ਹੁਣ ਥੋੜਾ ਪੁੱਠਾ ਵੀ ਹੋਣ ਲੱਗ ਗਿਆ ਅੱਗੇ ਹੁੰਦਾ ਸੀਗਾ ਨਾ ਕਿ ਇਹ ਕਹਿਣਾ ਕਿ ਬੱਚਿਆਂ ਨੂੰ ਕਹਿਣਾ ਕਦੇ ਖੇਡ ਖੇਡਦੇ ਹੀ ਰਹਿਨੇ ਖੇਡਦੇ ਰਹਿਨੇ ਕਦੇ ਅੰਦਰ ਵੀ ਬਹਿ ਜਾ ਕਰੋ ਹੁਣ ਕਹਿੰਦਾ ਬਈ ਨਾ ਖੇਡੋ 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 ਇਹ ਜਿਹੜਾ ਚੀਜ਼ ਆ ਇਹ ਤਾਲਮੇਲ ਕਿੱਦਾਂ ਹੋਵੇ ਬੱਚੇ ਕਿਹੜੀਆਂ ਖੇਡਾਂ ਖੇਡਣ ਇਹਦੇ ਉੱਤੇ ਖੇਡਾਂ ਤੇ ਬੱਚੇ ਤੇ ਛੁੱਟੀਆਂ ਇਹਦੇ ਉੱਤੇ ਗੱਲ ਕਰਦੇ ਆ ਖੇਡਾਂ ਸਾਡੀ ਜ਼ਿੰਦਗੀ ਦਾ ਨਿਕੜਵਾਂ ਅੰਗ ਹੈ ਜੀ ਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਨੀਆਂ ਵੀ ਬਹੁਤ ਜ਼ਰੂਰੀ ਹੈ ਹੂੰ ਪੜ੍ਹਦੇ ਅਸੀਂ ਜਦੋਂ ਹੈਗੇ ਆ ਉਹ ਅਸੀਂ ਇੰਡੀਵਿਜੂਅਲ ਸਟੱਡੀ ਹੁੰਦੀ ਹੈ ਸਾਡੀ ਇਕੱਲੇ ਬੈ ਕੇ ਅਸੀਂ ਆਪਣੇ ਘਰ ਦੇ ਵਿੱਚ ਕਾਪੀ ਪੈਨ ਲੈ ਕੇ ਪੜ੍ਹਦੇ ਆ ਜੀ ਔਰ ਜਦੋਂ ਅਸੀਂ ਕੋਈ ਖੇਡ ਖੇਡਦੇ ਆ ਮੈਦਾਨ ਦੇ ਵਿੱਚ ਇੱਕ ਗਰੁੱਪ ਬਣਾ ਕੇ ਇੱਕ ਟੀਮ ਬਣਾ ਕੇ ਅਸੀਂ ਉਹ ਆਪਣੀ ਟੀਮ ਨੂੰ ਜਿਤਾਉਣ ਵਾਸਤੇ ਖੇਡਦੇ ਆ ਉਹਦੇ ਵਿੱਚ ਉਹਦੇ ਨਾਲ ਸਾਨੂੰ ਗਰੁੱਪ ਦੇ ਵਿੱਚ ਕੰਮ ਕਰਨਾ ਸਿੱਖਦੇ ਆ ਆਪਾਂ ਇੱਕ ਟੀਮ ਨੂੰ ਕਿਸ ਤਰ੍ਹਾਂ ਆਪਾਂ ਲੀਡ ਕਰਨਾ ਹੈ ਇੱਕ ਟੀਮ ਦੇ ਮੈਂਬਰ ਬਣ ਕੇ ਆਪਾਂ ਕਿਸ ਤਰ੍ਹਾਂ ਉਸ ਟੀਮ ਦਾ ਹਿੱਸਾ ਬਣ ਕੇ ਆਪਣੀ ਟੀਮ ਨੂੰ ਜਿਤਾਣਾ ਹੈਗਾ ਟੀਮ ਵਰਕ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਬੱਚੇ ਦੇ ਵਿੱਚ ਖੇਡਾਂ ਦੇ ਨਾਲ ਹੀ ਆਉਂਦੀ ਹੈ ਔਰ ਖੇਡਾਂ ਜਿਹੜੀਆਂ ਅਜਹੀਆਂ ਹੋਣੀਆਂ ਚਾਹੀਦੀਆਂ ਜਿਦੇ ਵਿੱਚ ਬੱਚੇ ਦੀ ਦਿਲਚਸਪੀ ਹੋਵੇ ਅਕਸਰ ਮੈਂ ਦੇਖਿਆ ਹੈ ਕਿ ਜਦੋਂ ਬੱਚੇ ਕਿਸੇ ਖੇਡ ਦੇ ਵਿੱਚ ਆਪਣੀ ਰੁਚੀ ਦੱਸਦੇ ਆ ਇੱਕ ਖੇਡ ਖੇਡਣਾ ਸ਼ੁਰੂ ਕਰਦੇ ਆ। થોੜੇ ਟਾਈਮ ਦੋ ਟਾਈਮ ਬਾਅਦ ਲੱਗਦਾ ਕਿ ਆਜ ਮੈਨੂੰ ਖੇਡ ਨਹੀਂ ਅੱਛੀ ਲੱਗੀ ਮੈਂ ਦੂਜੀ ਸਵਿਚ ਕਰ ਲੈਣਾ। ਸੋ ਇਸ ਤਰ੍ਹਾਂ ਇੱਕ ਇੱਕ ਦੋ ਦੋ ਤਿੰਨ ਤਿੰਨ ਜਾਂ ਗੇਮਾਂ ਖੇਡ ਕੇ ਫਿਰ ਉਹਨਾਂ ਨੂੰ ਕਿਤੇ ਸਟੇਬਿਲਿਟੀ ਮਿਲਦੀ ਹੈ ਕਿ ਇਹਨਾਂ ਤਿੰਨਾਂ ਗੇਮਾਂ ਦੇ ਵਿੱਚੋਂ ਮੈਨੂੰ ਆ ਗੇਮ ਜਿਹੜੀ ਹੈ ਉਹ ਸੂਟ ਕਰਦੀ ਹੈ। ਤਾਂ ਬੱਚੇ ਦੀ ਰੁਚੀ ਦੇ ਅਨਸਾਰ ਜਿਹੜੀ ਹੈ ਉਹਨੂੰ ਖੇਡ ਜਿਹੜੀ ਹੈ ਖਿਡਾਣੀ ਚਾਹੀਦੀ ਹੈ ਤੇ ਖੇਡਾਂ ਜਿਹੜੀਆਂ ਜ਼ਰੂਰ ਖੇਡਣੀਆਂ ਚਾਹੀਦੀਆਂ ਬੱਚਿਆਂ ਨੂੰ ਔਰ ਪੇਰੈਂਟਸ ਨੂੰ ਵੀ ਚਾਹੀਦਾ ਕਿ ਉਹ ਵੀ ਬੱਚੇ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਇੰਜੋਏ ਕਰਨ ਉਹਨਾਂ ਦੇ ਨਾਲ ਖੇਡਾਂ ਖੇਡਣ ਚਾਹੇ ਉਹ ਇੰਡੋਰ ਇੰਡੋਰ ਗੇਮਸ ਹੈ ਚਾਹੇ ਆਊਟਡੋਰ ਗੇਮਸ ਹੈ ਜਿਸ ਤਰ੍ਹਾਂ ਹੁਣ ਗਰਮੀਆਂ ਦਾ ਮੌਸਮ ਹੈਗਾ ਤੇ ਜ਼ਰੂਰੀ ਨਹੀਂ ਹੈ ਕਿ ਦੁਪਹਿਰ ਦੇ ਵਿੱਚ ਬਾਹਰ ਜਾ ਕੇ ਹੀ ਖੇਡਾਂ ਖੇਡਣੀ ਹੈ ਔਰ ਬਹੁਤ ਸਾਰੀਆਂ ਇੰਡੋਰ ਗੇਮਸ ਵੀ ਹੈਗੀਆਂ ਉਹ ਅਸੀਂ ਅੰਦਰ ਬੈਠ ਕੇ ਬੱਚਿਆਂ ਦੇ ਨਾਲ ਖੇਡ ਸਕਦੇ ਆ ਔਰ ਜਦੋਂ ਸਮਾਂ ਥੋੜਾ ਠੀਕ ਹੋਏ ਸਵੇਰ ਦਾ ਟਾਈਮ ਹੁੰਦਾ ਜਿਸ ਤਰ੍ਹਾਂ ਜਾਂ ਸ਼ਾਮ ਦਾ ਟਾਈਮ ਹੁੰਦਾ ਜਦੋਂ ਗਰਮੀ ਘਟ ਹੁੰਦੀ ਹੈ ਉਸ ਸਮੇਂ ਮੈਦਾਨ ਦੇ ਵਿੱਚ ਵੀ ਜਾ ਕੇ ਬੱਚਿਆਂ ਦੇ ਨਾਲ ਇੰਜੋਏ ਕੀਤਾ ਜਾ ਸਕਦਾ ਹੈ ਉਹਨਾਂ ਦੇ ਬੱਚੇ ਵੀ ਇੰਜੋਏ ਕਰਦੇ ਆ ਔਰ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਇੱਕ ਬੌਂਡਿੰਗ ਜਿਹੜੀ ਆ ਉਹ ਹੋਰ ਮਜ਼ਬੂਤ ਹੁੰਦੀ ਹੈ ਜੀ ਇੱਕ ਨਾ ਇੱਥੇ ਗੱਲ ਆਉਂਦੀ ਆ ਕਿ ਕੁਝ ਮਾਪੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਉਹਨਾਂ ਨੂੰ ਲੱਗਦਾ ਹਾਏ ਹੁਣ ਛੁੱਟੀਆਂ ਹੋ ਗਈਆਂ ਹੁਣ ਨਿਆਣਿਆਂ ਨੇ ਬਹੁ ਖਲਾਰਾ ਪਾਉਣਾ ਇਹ ਤਾਂ ਸਕੂਲੇ ਹੀ ਚੰਗੇ ਸੀ ਹੈਨਾ ਦਿਲੋਂ ਤਾਂ ਮਾਪੇ ਚਾਹੁੰਦੇ ਬੱਚੇ ਕੋਲ ਰਹਿਣ ਪਰ ਕਈ ਵਾਰੀ ਹੋ ਵੀ ਜਾਂਦਾ ਚਲੋ ਇਹਨਾਂ ਨੂੰ ਖੇਡਣ ਭੇਜ ਦੋ ਕਿਤੇ ਕੁਝ ਕਰ ਦੋ ਇਸ ਛੁੱਟੀਆਂ ਦੇ ਵਿੱਚ ਮਾਪੇ ਦਾ ਕਿੰਨਾ ਫਰਜ਼ ਬਣ ਜਾਂਦਾ ਕਿ ਬੱਚੇ ਨੂੰ ਇਦਾਂ ਨਾ ਲੱਗੇ ਕਿ ਮੈਂ ਹੁਣ ਤੁਹਾਨੂੰ ਬੋਝ ਲੱਗਣ ਲੱਗ ਗਿਆ ਹਫਤੇ ਦੋ ਹਫਤੇ ਦੀਆਂ ਛੁੱਟੀਆਂ ਤੋਂ ਬਾਅਦ ਉਹਨਾਂ ਨੂੰ ਇਹਨਾਂ ਲੱਗੇ ਕਿ ਅਸੀਂ تیرਣਾ ਹੀ ਖੇਡੀ ਜਾਈਏ ਅਸੀਂ ਕੋਈ ਹੋਰ ਕੰਮ ਨਹੀਂ ਕਰਨੇ ਬੱਚੇ ਵੀ ਫਿਰ ਕਈ ਵਾਰੀ ਹੋਰ ਤਰ੍ਹਾਂ ਹੋ ਜਾਂਦੇ ਕਿ ਨਹੀਂ ਮੈਂ ਹੁਣ ਹੋਰ ਤਰ੍ਹਾਂ ਫੀਲ ਕਰਦਾ ਇੱਥੇ ਕੀ ਕਹੋਗੇ ਇੱਥੇ ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਪੇਰੈਂਟਸ ਤੇ ਬੱਚਿਆਂ ਨੂੰ ਇੱਕ ਟਾਈਮ ਟੇਬਲ ਜ਼ਰੂਰ ਬਣਾਉਣਾ ਚਾਹੀਦਾ ਛੁੱਟੀਆਂ ਦਾ ਜੀ ਜਿਸ ਤਰ੍ਹਾਂ ਕਿ ਇਹਨੂੰ ਚੇਂਜ ਵੀ ਕੀਤਾ ਜਾ ਸਕਦਾ ਜੀ ਬੱਚੇ ਦੀ ਰੁਚੀ ਅਨੁਸਾਰ ਇਸ ਤਰ੍ਹਾਂ ਮੰਨ ਲਓ ਪਹਿਲੇ ਹਫਤੇ ਛੁੱਟੀਆਂ ਪੈ ਗਈਆਂ ਅੱਜ ਤੇ ਇੱਕ ਹਫਤਾ ਨੂੰ ਇੰਜੋਏ ਕਰ ਦਿੱਤਾ ਆਪਣੇ ਹਿਸਾਬ ਨਾਲ ਜਿੱਦਾਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ ਫਿਰ ਉਸ ਤੋਂ ਬਾਅਦ ਇੱਕ ਟਾਈਮ ਟੇਬਲ ਬਣਾ ਲਿਆ ਇੱਕ ਹਫਤੇ ਦਾ ਟਾਈਮ ਟੇਬਲ ਬਣਾ ਲਿਆ ਉਹਦੇ ਵਿੱਚ ਬੱਚੇ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਆਪਣੇ ਆਪ ਨੂੰ ਵਧੀਆ ਫੀਲ ਕਰਦੇ ਆ ਗਿਆ ਉਹਨਾਂ ਗਤੀਵਿਧੀਆਂ ਨੂੰ ਅਗਲੇ ਹਫਤੇ ਦੁਆਰਾ ਚੇਂਜ ਕਰਕੇ ਟਾਈਮ ਟੇਬਲ ਉਹਨਾਂ ਦੇ ਵਿੱਚ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਕੀ ਹੋਏਗਾ ਕਿ ਬੱਚੇ ਆਪਣੀ ਰੁਚੀ ਅਨੁਸਾਰ ਜਿਹੜੀਆਂ ਉਹ ਗਤੀਵਿਧੀਆਂ ਕਰਨਗੇ ਤੇ ਉਹ ਨਾ ਹੀ ਬੋਰਿਅਤ ਫੀਲ ਕਰਨਗੇ ਪੇਰੈਂਟਸ ਨੂੰ ਵੀ ਲੱਗੇਗਾ ਕਿ ਬੱਚਿਆਂ ਨੂੰ ਅਸੀਂ ਇੰਗੇਜ ਕਰ ਰਹੇ ਆ ਔਰ ਬੱਚੇ ਜਿਹੜੇ ਆ ਆਪਣੀ ਰੁਚੀ ਦੇ ਅਨੁਸਾਰ ਹੀ ਆਪਣਾ ਕੰਮ ਜਿਹੜਾ ਆ ਉਹ ਕਰਨਗੇ ਤੇ ਉਹਨੂੰ ਕੋਈ ਬੰਦਿਸ਼ ਨਹੀਂ ਸਮਝਣਗੇ ਤੇ ਆਪਣਾ ਟਾਈਮ ਟੇਬਲ ਦੇ ਵਿੱਚ ਰਹਿ ਕੇ ਉਹ ਸਾਰਾ ਸਿੱਖਣਗੇ ਵੀ ਤੇ ਆਪਣੀਆਂ ਜਿਹੜਾ ਕੰਮ ਕਾਜ ਕਰਨਾ ਔਰ ਪੇਰੈਂਟਸ ਨਾਲ ਸਪੈਸ਼ਲੀ ਜਿਹੜਾ ਆ ਟਾਈਮ ਸਪੈਂਡ ਕਰਨ ਦਾ ਇਹ ਸਪੈਸ਼ਲ ਮੌਕਾ ਹੁੰਦਾ ਛੁੱਟੀਆਂ ਦੇ ਵਿੱਚ ਹੂੰ ਕਿਉਂਕਿ ਅਕਸਰ ਬੱਚੇ ਸਵੇਰੇ 7 ਵਜੇ ਜਾਂ 7:30 ਵਜੇ ਚਲੇ ਜਾਂਦੇ ਆ ਬਿਲਕੁਲ ਔਰ ਦੁਪਹਿਰ ਜਦੋਂ ਗਰਮੀ ਤਪਦੀ ਗਰਮੀ ਹੁੰਦੀ ਹੈ 2:30 ਵਜੇ ਉਸ ਵੇਲੇ ਉਹਨਾਂ ਪਸੀਨਾ ਪਸੀਨ ਹੋ ਕੇ ਆਣਾ ਵਿਚਾਰਿਆਂ ਬਿਲਕੁਲ ਸਹੀ ਗੱਲ ਹੈ ਤੇ ਗਰਮੀਆਂ ਦੇ ਮੌਸਮ ਦੇ ਵਿੱਚ ਪੇਰੈਂਟਸ ਵੀ ਘਰ ਹੁੰਦੇ ਆ ਉਹਨਾਂ ਨੂੰ ਵੀ ਛੁੱਟੀਆਂ ਹੁੰਦੀਆਂ ਜਿਹੜੇ ਕੋਈ ਵਰਕਿੰਗ ਹੈਗੇ ਆ ਜੀ ਤੇ ਉਹ ਵੀ ਇੰਜੋਏ ਕਰਦੇ ਆ ਔਰ ਇੱਕ ਵੱਖਰਾ ਟਾਈਮ ਜਿਹੜਾ ਸਪੈਂਡ ਕਰਨ ਦਾ ਮੌਕਾ ਮਿਲਦਾ ਬੱਚਿਆਂ ਦੇ ਨਾਲ ਹਮ ਤੇ ਮੈਂ ਸਮਝਦਾ ਕਿ ਇਹ ਸਮਾਂ ਜਿਹੜਾ ਆ ਵੇਰਥ ਨਹੀਂ ਗੁਆਣਾ ਚਾਹੀਦਾ ਬੱਚਿਆਂ ਦੇ ਨਾਲ ਅਲੱਗ ਤਰ੍ਹਾਂ ਦੇ ਸਬੰਧ ਜਿਹੜੇ ਆ ਬਣਾ ਕੇ ਰੱਖਣੇ ਚਾਹੀਦੇ ਆ ਅੱਜ ਕੱਲ ਦੇ ਵਿੱਚ ਦੇਖੋ ਜਨਰੇਸ਼ਨ ਗੈਪ ਜਿਹੜਾ ਆ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਬੱਚਿਆਂ ਲੱਗਦਾ ਇਹਨਾਂ ਨੂੰ ਨੀ ਫੋਨ ਚਲਾਉਣੇ ਆਉਂਦੇ ਵੱਡਿਆਂ ਲੱਗਦਾ ਇਹਨਾਂ ਨੂੰ ਜ਼ਿੰਦਗੀ ਨਹੀਂ ਜੀਉਣੇ ਆਉਂਦੀ ਸਹੀ ਗੱਲ ਹੈ ਬਿਲਕੁਲ ਇੱਕ ਦੂਜੇ ਦੇ ਵਿੱਚ ਟੋਕਾ ਟੁਗਾਈ ਆਪਾਂ ਜ਼ਿਆਦਾ ਕਰਦੇ ਆ ਜ਼ਿਆਦਾ ਹੈ ਤੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਆਪਾਂ ਨਹੀਂ ਕਰਦੇ ਹਰ ਇੱਕ ਏਜ ਗਰੁੱਪ ਦੀਆਂ ਅਲੱਗ-ਅਲੱਗ ਜ਼ਰੂਰਤਾਂ ਹੁੰਦੀਆਂ ਔਰ ਅਲੱਗ-ਅਲੱਗ ਉਹਨਾਂ ਦੀਆਂ ਰ ਹੂਰੀਏ ਹਰ ਏਜ ਜਿਹੜਾ ਗੈਪ ਹੈਗਾ ਉਹ ਤਾਈਆਂ ਨੂੰ ਰਿਮੂਵ ਕੀਤਾ ਜਾ ਸਕਦਾ ਜੇ ਆਪਾਂ ਇਕੱਠੇ ਬਹਿ ਕੇ ਇੱਕ ਦੂਜੇ ਨਾਲ ਵਿਚਰੀਏ ਇੱਕ ਦੂਜੇ ਦੇ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਫਿਰ ਅਹੀਂ ਚੰਗੀ ਬੌਂਡਿੰਗ ਜਿਹੜੀ ਹੈ ਪਰਿਵਾਰ ਦੇ ਵਿੱਚ ਬਣ ਸਕਦੀ ਹੈ ਤੇ ਇੱਕ ਸੁਖਾਂਵੇਂ ਰਿਸ਼ਤਿਆਂ ਦੇ ਨਾਲ ਆਪਾਂ ਚੰਗੇ ਪਰਿਵਾਰ ਦਾ ਨਿਰਮਾਣ ਜਿਹੜਾ ਕਰ ਸਕਦੇ ਬਿਲਕੁਲ ਬਹੁਤ ਖੂਬ ਬਹੁਤ ਵਧੀਆ ਗੱਲ ਕਹੀ ਹੈ ਤੇ ਹੁਣ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਜਦੋਂ ਆਪਾਂ ਨੂੰ ਛੁੱਟੀਆਂ ਆ ਸਾਨੂੰ ਘੁੰਮਣ ਜਾਣਾ ਬਹੁਤ ਪਸੰਦ ਆ ਨਾਨਕਿਆਂ ਦੇ ਜਾਣ ਦੀ ਗੱਲ ਵੀ ਕੀਤੀ ਸੀ ਪਰ ਬੱਚਿਆਂ ਨੂੰ ਹੁੰਦਾ ਕਿ ਹੈਨਾ ਇਦਾਂ ਦੇ ਥਾਂ ਤੇ ਘੁੰਮਣ ਜਾਣਾ ਇਦਾਂ ਦੇ ਥਾਂ ਤੇ ਘੁੰਮਣ ਜਾਣਾ ਕਿਹੜੇ ਕਿਹੜੇ ਥਾਂ ਆ ਕਿੜੀਆਂ ਕਿੜੀਆਂ ਚੀਜ਼ਾਂ ਆ ਜੇ ਮੌਸਮ ਵਧੀਆ ਆ ਤੇ ਬੱਚਿਆਂ ਨੂੰ ਉੱਥੇ ਦਿਖਾਇਆ ਜਾਵੇ ਕਮਾਇਆ ਜਾਵੇ ਦੇਖੋ ਤੁਸੀਂ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਚੱਲੇ ਜਾਓ ਜੀ ਹਰ ਸ਼ਹਿਰ ਦਾ ਇੱਕ ਵੱਖਰਾ ਇਤਿਹਾਸਿਕ ਵਿਸ਼ੋਕੜ ਹੁੰਦਾ ਬਹੁਤ ਵਧੀਆ ਚਾਹੇ ਅਸੀਂ ਹਿਮਾਚਲ ਚ ਕਈ ਵਾਰੀ ਸੋਚਦੇ ਲੋਕੀ ਵੀ ਪਹਾੜਾਂ ਦੇ ਵਾਲੇ ਪਾਸੇ ਚੱਲਦੇ ਆ ਕੋਈ ਡਲੋਜੀ ਜਾ ਰਿਹਾ ਕੋਈ ਸ਼ਿਮਲੇ ਜਾ ਰਿਹਾ ਕੋਈ ਚੰਬੇ ਜਾ ਰਿਹਾ ਜੀ ਹਰ ਜਗ੍ਹਾ ਦਾ ਇੱਕ ਵੱਖਰਾ ਇਤਿਹਾਸਿਕ ਪਿਛੋਕੜ ਹੁੰਦਾ ਜਦੋਂ ਵੀ ਆਪਾਂ ਬੱਚਿਆਂ ਨੂੰ ਲੈ ਕੇ ਜਾਦੇ ਆ ਤੇ ਰਸਤੇ ਦੇ ਵਿੱਚ ਜਿਹੜੀਆਂ ਜਗਾਵਾਂ ਆ ਰਹੀਆਂ ਹੈਗੀਆਂ ਉਹਨਾਂ ਬਾਰੇ ਦੱਸਿਆ ਜਾਏ ਹਮ ਉੱਥੇ ਜਿਹੜੇ ਜਿਹੜੇ ਮਿਊਜ਼ੀਅਮ ਹੈਗੇ ਆ ਕੋਈ ਲਾਇਬ੍ਰੇਰੀਆਂ ਹੈਗੀਆਂ ਜਾਂ ਕੋਈ ਇਹੋ ਜਿਹੀ ਇਤਿਹਾਸਿਕ ਜਗ੍ਹਾ ਆ ਉਸ ਜਗ ਉਸ ਸ਼ਹਿਰ ਦੀ ਜਿਹੜੀ ਕਿ ਜਿਹਦੇ ਨਾਂ ਤੇ ਉਹ ਸ਼ਹਿਰ ਬਣਿਆ ਆ ਜਾਂ ਕੋਈ ਇਤਿਹਾਸਿਕ ਪਰਸਨ ਹੈ ਉਸ ਜਗ੍ਹਾ ਦਾ ਜਿ ਜਿੰਨੇ ਉਹ ਨਗਰ ਵਸਾਇਆ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਉਹਨਾਂ ਨੂੰ ਬੱਚਿਆਂ ਨੂੰ ਜ਼ਰੂਰ ਸਿਖਾਣਾ ਚਾਹੀਦਾ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਦੀ ਗੱਲ ਹੈ ਕਿ ਅਸੀਂ Shimla ਘੁੰਮਣ ਗਏ ਜਦੋਂ ਜੀ ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਗਏ ਔਰ ਉੱਥੇ ਜਾ ਕੇ ਆਪਾਂ ਕੋਸ਼ਿਸ਼ ਕੀਤੀ ਕਿ ਉੱਥੇ ਕਿਹੜੀ ਕਿਹੜੀਆਂ ਮਿਊਜ਼ੀਅਮ ਹੈਗੀਆਂ ਜਾਂ ਲਾਇਬ੍ਰੇਰੀਜ਼ ਹੈਗੀਆਂ ਜਿਆਦਾ ਅਸੀਂ ਫੋਕਸ ਉਹੀ ਕੀਤਾ ਕਿ ਬੱਚਿਆਂ ਨੂੰ ਉਹ ਚੀਜ਼ਾਂ ਦਿਖਾਈਆਂ ਜਾਣ ਤੇ ਤਾਂ ਜੋ ਬੱਚੇ ਉਹਨਾਂ ਵੱਲ ਦੇਖ ਕੇ ਖਿੱਚੇ ਜਾਣ ਔਰ ਉਹਨਾਂ ਵੱਲ ਜਾਣਨ ਦੀ ਰੁਚੀ ਜਿਹੜੀ ਹੈ ਉਹਨਾਂ ਦੇ ਵਿੱਚ ਪੈਦਾ ਹੋਏ ਜੀ ਕਿਉਂਕਿ ਜਦੋਂ ਅਸੀਂ ਫਿਜ਼ੀਕਲੀ ਕੋਈ ਚੀਜ਼ ਨੂੰ ਜਾ ਕੇ ਦੇਖਦੇ ਆਂ ਉਹਦਾ YouTube ਤੇ ਦੇਖਿਆ ਜਾਂ Facebook ਤੇ ਪੜ੍ਹ ਲਿਆ ਉਹ ਚੀਜ਼ ਲੱਗ ਹੁੰਦੀ ਹੈ ਬਿਲਕੁਲ ਜਦੋਂ ਅਸੀਂ ਫਿਜ਼ੀਕਲੀ ਕਿਸੇ ਚੀਜ਼ ਦੇ ਨਾਲ ਜਾ ਕੇ ਉਹਨੂੰ ਟੱਚ ਕਰਦੇ ਆਂ ਉਹਨੂੰ ਦੇਖਦੇ ਆਂ ਤੇ ਉਹ ਸਿੱਖਣ ਦਾ ਜਿਹੜਾ ਆ ਉਹ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਔਰ ਉਹ ਚੀਜ਼ਾਂ ਜਿਹੜੀਆਂ ਆ ਚਿਰ ਸਤਾਈ ਸਾਡੇ ਦਿਮਾਗ ਦੇ ਵਿੱਚ ਰਹਿੰਦੀਆਂ ਬਿਲਕੁਲ ਸੋ ਜੇ ਬੱਚੇ ਇੱਕ ਮੈਂ ਤੁਹਾਡੀ ਗੱਲ ਰੋਕ ਰਹੀ ਆ ਜਿੱਦਾਂ ਆਪਾਂ ਗੱਲ ਕੀਤੀ ਨਾ ਆਪਾਂ ਜਾਣਦੇ ਆ ਉਹ ਚਿਰ ਸਥਾਈ ਰਹਿੰਦੀਆਂ ਬੱਚੇ ਤਾਂ ਉੱਥੇ ਜਾ ਕੇ ਥੋੜਾ ਬੋਰ ਵੀ ਹੋਣ ਲੱਗ ਜਾਂਦੇ ਮੈਨੂੰ ਲੱਗਦਾ ਕਿ ਜੇ ਮਾਪੇ ਇੰਟਰਸਟ ਦਿਖਾਓਗੇ ਫਿਰ ਬੱਚੇ ਤਾਂ ਆਪਣੇ ਆਪ ਪੈ ਜਾਂਦਾ ਹੋਗਾ ਬੱਚਿਆਂ ਨੂੰ ਇਤਿਹਾਸਿਕ ਥਾਂ ਕਿੱਦਾਂ ਇੰਟਰਸਟਡ ਲੱਗਣ ਮੈਂ ਇਹ ਨਾ ਡਿਪੈਂਡ ਕਰਦਾ ਹੈਗਾ ਕਿ ਤੁਹਾਡੇ ਜਿਹੜੇ ਵੱਡੇ ਹੈਗੇ ਆ ਕਿਸ ਤਰ੍ਹਾਂ ਨਾਲ ਜਾ ਰਹੇ ਹੈਗੇ ਆ ਜੇ ਅਸੀਂ ਇਹ ਸੋਚ ਕੇ ਜਾ ਰਹੇ ਆਂ ਵੀ ਅਸੀਂ ਘੁੰਮਣ ਜਾਣਾ ਤੇ ਫਿਰ ਬੱਚਿਆਂ ਦੀ ਵੀ ਸੋਚ ਉਹ ਜਿਹੀ ਹੋਏਗੀ ਵੀ ਅਸੀਂ ਸਿਰਫ ਕੁ ਮਣੀ ਜਾਣਾ ਜੇ ਅਸੀਂ ਉਹਨਾਂ ਦੇ ਦਿਮਾਗ 'ਚ ਬਿਠਾਵਾਂਗੇ ਵੀ ਅਸੀਂ ਜਾ ਰਹੇ ਆ ਤੇ ਉੱਥੇ ਆ ਚੀਜ਼ਾਂ ਸਿੱਖਣੀਆਂ ਆ ਆਪਾਂ ਉੱਥੇ ਦਾ ਮਹਾਰਾਜ ਥੋੜਾ ਜਿਹਾ ਵੀਊ ਆਪਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਨੈਟ ਤੇ ਆਪਾਂ ਦੇਖ ਸਕਦੇ ਆ ਕਿ ਉੱਥੇ ਕੀ ਕੀ ਚੀਜ਼ਾਂ ਦੇਖਣ ਵਾਲੀਆਂ ਥੋੜੇ ਦਿਮਾਗ ਦੇ ਵਿੱਚ ਪਹਿਲਾਂ ਹੀ ਉਹਨਾਂ ਦੇ ਆਪਾਂ ਜੇ ਸੈੱਟ ਕਰ ਦਈਏ ਵੀ ਆ ਚੀਜ਼ਾਂ ਉੱਥੇ ਦੇਖਣ ਵਾਲੀਆਂ ਇਹ ਚੀਜ਼ਾਂ ਆਪਾਂ ਦੇਖਣੀਆਂ ਤੇ ਥੋੜਾ ਜਿਹਾ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਉਸ ਜਗ੍ਹਾ ਨੂੰ ਦੇਖਣ ਦੇ ਪ੍ਰਤੀ ਕ੍ਰਿਏ ਜਿਹੜਾ ਜ ਪੈਦਾ ਹੋਏਗਾ ਉਹ ਆਪਣੇ ਕਹਿਣਗੇ ਜੀ ਅਸੀਂ ਆਹ ਚੀਜ਼ ਦੇਖਣੀ ਹੈ ਹਮ ਬਿਲਕੁਲ ਬਿਲਕੁਲ ਇੱਕ ਗੱਲ ਹੋਈ ਹੈ ਲਾਇਬ੍ਰੇਰੀ ਤੇ ਲਾਇਬ੍ਰੇਰੀ ਤੋਂ ਧਿਆਨ ਸਿੱਧਾ ਜਾਂਦਾ ਕਿਤਾਬਾਂ ਦੇ ਵੱਲ ਦੇਖੋ ਜੀ ਛੁੱਟੀਆਂ ਤਾਂ ਹੁੰਦੀਆਂ ਆ ਕਿ ਉਹਨੂੰ ਕਹਿੰਦੇ ਆ ਕਿ ਇੰਜੋਏ ਕਰਨ ਦੇ ਲਈ ਪੜ੍ਹ ਕੇ ਯੂਨੂ ਕਹਿੰਦੇ ਆ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਇਸ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਬੱਚਿਆਂ ਦੀਆਂ ਛੁੱਟੀਆਂ ਨੂੰ ਰੋਚਕ ਬਣਾਉਣ ਦਾ ਤਰੀਕਾ ਸਾਡਾ ਅੱਜ ਦਾ ਵਿਸ਼ਾ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਗੱਲਾਂ ਤੇ ਗੀਤ ਮੈਂ ਹਾਂ ਤੁਹਾਡੇ ਨਾਲ ਬਰुण ਕੌਰ ਮਾਨ ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਬੱਚਿਆਂ ਦੀਆਂ ਛੁੱਟੀਆਂ ਨੂੰ ਰੋਚਕ ਬਣਾਉਣ ਦੇ ਤਰੀਕੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਨੇ ਦਰਯੋਦਨ ਗੁਰਦਿਆਲ ਸਿੰਘ ਜੀ ਜੋ ਕਿ ਉਪ ਜ਼िला ਸਿੱਖਿਆ ਅਫਸਰ ਨੇ ਤੇ ਮੈਂ ਗਾਣੇ ਤੋਂ ਪਹਿਲਾਂ ਗੱਲ ਕਰ ਰਹੀ ਸੀ ਕਿਤਾਬਾਂ ਦੀ ਜਦੋਂ ਕਿਤਾਬਾਂ ਦੀ ਗੱਲ ਆਉਂਦੀ ਹੈ ਇੱਕ ਤਾਂ ਬੱਚਿਆਂ ਵਿਚਾਰਿਆਂ ਨੂੰ ਛੁੱਟੀਆਂ ਮਸੀ ਹੋਈਆਂ ਸਾਰਾ ਦਿਨ ਸਕੂਲਾਂ ਦੇ ਵਿੱਚ ਕਿਤਾਬਾਂ ਪੜ੍ਹਦੇ ਐ ਉਤੋਂ ਦੇਣੀ ਛੁੱਟੀਆਂ ਦਾ ਕੰਮ ਵੀ ਕਿਤਾਬਾਂ ਦੇ ਨਾਲ ਜੁੜਿਆ ਹੋਇਆ ਫੇਰ ਵੀ ਅਸੀਂ ਬੱਚਿਆਂ ਨੂੰ ਕਹਿੰਦੇ ਆ ਕਿ ਚੰਗੀਆਂ ਕਿਤਾਬਾਂ ਪੜ੍ਹਿਆ ਕਰੋ ਹੋਰ ਬੁੱਕਸ ਪੜ੍ਹਿਆ ਕਰੋ ਇਹ ਜਿਹੜੀਆਂ ਕਿਤਾਬਾਂ ਪੜ੍ਹਨੀਆਂ ਇਹਦਾ ਕੋਈ ਰੋਚਕ ਢੰਗ ਤਰੀਕਾ ਹੈਗਾ ਕਿ ਕਿਤਾਬਾਂ ਦੇ ਨਾਲ ਆਲਰੇਡੀ ਜੂਜਦੇ ਹੋਏ ਬੱਚਿਆਂ ਨੂੰ ਹੋਰ ਕਿਤਾਬਾਂ ਚ ਪਾਇਆ ਜਾਏ ਬਿਲਕੁਲ ਜੀ ਕਿਤਾਬਾਂ ਜਿਹੜੀਆਂ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹ ਰੂਟੀਨ ਦੇ ਵਿੱਚ ਜਿਹੜੀਆਂ ਟੈਕਸਟ ਬੁੱਕਸ ਹੈਗੀਆਂ ਉਹ ਪੜੀਆਂ ਜਾਂਦੀਆਂ ਜੀ ਤੇ ਜਦੋਂ ਛੁੱਟੀਆਂ ਹੁੰਦੀਆਂ ਆਦੋਂ ਜਿਹੜੇ ਹੋਮਵਰਕ ਵੀ ਬੱਚਿਆਂ ਨੂੰ ਦਿੱਤਾ ਜਾਂਦਾ ਉਹਦੇ ਵਿੱਚ ਅ ਅਖਬਾਰਾਂ ਪੜ੍ਹਨ ਦੀ ਗੱਲ ਕੀਤੀ ਜਾਂਦੀ ਹੈ ਜੀ ਜਾਂ ਉਹਦੇ ਨਾਲ ਨਾਲ ਜਿਹੜੀਆਂ ਕਹਾਣੀਆਂ ਨਾਲ ਸੰਬੰਧਿਤ ਕਿਤਾਬਾਂ ਹੈਗੀਆਂ ਉਹ ਪੜ੍ਹਨ ਦੀ ਗੱਲ ਕੀਤੀ ਜਾਂਦੀ ਹੈ ਜੀ ਕਿਸੇ ਉੱਗੇ ਵਿਅਕਤੀ ਦੀ ਜੀਵਨੀ ਪੜਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਕਿਤਾਬਾਂ ਜਿਹੜੀਆਂ ਟੈਕਸਟ ਬੁਕਸ ਉਹ ਪੜ੍ਹਦੇ ਆ ਸਕੂਲ ਦੇ ਵਿੱਚ ਵਿੱਚ ਉਹਦੇ ਨਾਲ ਦੇ ਨਾਲ ਜਿਹੜੀਆਂ ਪ੍ਰਸਿੱਧ ਹਸਤੀਆਂ ਹੈਗੀਆਂ ਉਹਨਾਂ ਦੇ ਜੀਵਨ ਦੇ ਬਾਰੇ ਜਾਣਕਾਰੀ ਹਾਸਲ ਹੋਵੇ ਆ ਜਿਹੜੀਆਂ ਰੋਜ਼ਾਨਾ ਘਟਨਾਵਾਂ ਹੋ ਰਹੀਆਂ ਜਾਂ ਜਿਹੜੀਆਂ ਅਚੀਵਮੈਂਟਸ ਜਿਹੜੀਆਂ ਹੋ ਰਹੀਆਂ ਦੇਸ਼ ਦੀਆਂ ਉਹਦੇ ਬਾਰੇ ਜਾਣਕਾਰੀ ਹਾਸਲ ਹੋਵੇ ਤੇ ਉਹਦੇ ਨਾਲ ਨਾਲ ਜਿਹੜੀਆਂ ਹੈਗੀਆਂ ਹੋਰ ਵੀ ਮਨੋਰੰਜਨ ਦੀਆਂ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਗਿਆਨ ਦਿੰਦੀਆਂ ਹੈਗੀਆਂ ਚਾਹੇ ਸਟੋਰੀ ਦੇ ਵਿੱਚ ਉਹ ਚਾਹ ਰੀਆਂ ਸਿੱਖਣ ਨੂੰ ਜਿਹੜਾ ਆ ਮੇਲੇ ਤੇ ਉਹ ਕਿਤਾਬਾਂ ਜਿਹੜੀਆਂ ਟੈਕਸਟ ਬੁਕਸ ਤੋਂ ਇਲਾਵਾ ਵੀ ਬਾਕੀ ਗਿਆਨ ਜਿਹੜਾ ਆ ਉਹ ਹਾਸਲ ਕਰ ਸਕਣ ਇਹੋ ਜਿਹੀਆਂ ਕਿਤਾਬਾਂ ਪੜਨ ਦੀ ਉਹ ਛੋਟੀਆਂ ਦੇ ਵਿੱਚ ਕਿਹਾ ਜਾਂਦਾ ਔਰ ਇਹ ਕਿਤਾਬਾਂ ਜਿਹੜੀਆਂ ਆ ਉਹ ਇਹ ਸਾਡੀ ਜ਼ਿੰਦਗੀ ਦਾ ਅਨਿੱਖੜਵਾ ਅੰਗ ਹੈਗੀ ਹੈ ਹਮ ਹੌਲੀ ਹੌਲੀ ਜਿਹੜਾ ਆ ਟ੍ਰੈਂਡ ਖਤਮ ਹੋ ਰਿਹਾ ਅਸੀਂ ਜਿਹੜਾ ਬਲੌਗਸ ਪੜਨਾ ਸ਼ੁਰੂ ਕਰ ਦਿੱਤੇ ਜਿਹੜੇ ਆ ਫੇਸ ਫੇਸਬੁਕ ਤੇ ਅਲੱਗ-ਅਲੱਗ ਬਲੌਗ ਆਉਂਦੇ ਆ ਜਾਂ ਦੂਸਰੇ ਅ ਮੈਂ ਜਿਹੜੇ ਪਲੇਟਫਾਰਮ ਹੈਗੇ ਆ ਆਪਣੇ ਆਪਣੇ ਬਲੌਗ ਲਿਖਦੇ ਆ ਦੇਖ ਉਹ ਆਹੀਂ ਪੜ੍ਹਦੇ ਆ ਤੇ ਕਿਤਾਬਾਂ ਤੋਂ ਅਸੀਂ ਜਿਹੜਾ ਸਾਡਾ ਜਿਹੜਾ ਟੱਚ ਹੈਗਾ ਹੌਲੀ ਹੌਲੀ ਉਹ ਖਤਮਦਾ ਜਾ ਰਿਹਾ ਜੀ ਪਰ ਜੇ ਮੈਂ ਸਮਝਦਾ ਕਿ ਜੇ ਪੇਰੈਂਟਸ ਆਪਣੇ ਘਰ ਦੇ ਵਿੱਚ ਕਿਤਾਬਾਂ ਪੜ੍ਹਣਗੇ ਤੇ ਉਹਨਾਂ ਵੱਲ ਦੇਖ ਦੇ ਕੇ ਬੱਚੇ ਵੀ ਉਹ ਟ੍ਰੈਂਡ ਜਿਹੜਾ ਆ ਫੇਰ ਦੁਆਰਾ ਆਪਣੇ ਵਿੱਚ ਲੈ ਕੇ ਆਣਗੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਉਹ ਲਿਆਣੀਆਂ ਪੈਣਗੀਆਂ ਤਾਂ ਜੋ ਬੱਚੇ ਸਾਡੇ ਵੱਲ ਦੇਖ ਕੇ ਉਹ ਚੀਜ਼ਾਂ ਸਿੱਖਣ ਕਿਉਂਕਿ ਜਿਸ ਤਰ੍ਹਾਂ ਸਕੂਲ ਦੇ ਵਿੱਚ ਇੱਕ ਅਧਿਆਪਕ ਜਿਹੜਾ ਆ ਬੱਚੇ ਦਾ ਲੀਡਰ ਹੁੰਦਾ ਉਸ ਤਰ੍ਹਾਂ ਘਰ ਦੇ ਵਿੱਚ ਜੇ ਆਪਾਂ ਦੇਖੀਏ ਤੇ ਪੇਰੈਂਟਸ ਜਿਹੜੇ ਹੈਗੇ ਆ ਉਹ ਬੱਚੇ ਦੇ ਲੀਡਰ ਨੇ ਪਰ ਬੱਚਾ ਜਿਸ ਤਰ੍ਹਾਂ ਸਕੂਲ ਦੇ ਵਿੱਚ ਅਧਿਆਪਕ ਨੂੰ ਦੇਖ ਕੇ ਸਿੱਖਦਾ ਉਹਦਾ ਹਾਵ ਭਾਵ ਬੋਲਣ ਦਾ ਤਰੀਕਾ ਚੱਲਣ ਦਾ ਤਰੀਕਾ ਹਰ ਚੀਜ਼ ਕਾਪੀ ਕਰਦਾ ਬੱਚਾ ਉਸ ਤਰ੍ਹਾਂ ਘਰ ਦੇ ਵਿੱਚ ਵੀ ਪੇਰੈਂਟਸ ਦਾ ਆਪਸ ਦੇ ਵਿੱਚ ਅਮ ਵਿਚਾਰ ਵਿਹਾਰ ਕਿਹੋ ਜਿਹਾ ਹੈਗਾ ਔਰ ਉਹਨਾਂ ਦਾ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਕਾਜ ਹੈਗਾ ਉਹਨਾਂ ਦੀ ਜੀਵਨ ਸ਼ੈਲੀ ਕਿਹੋ ਜਿਹੀ ਹੈਗੀ ਹੈ ਉਹਦੇ ਵੱਲ ਦੇਖ ਕੇ ਬੱਚਾ ਜਿਹੜਾ ਆ ਉਹ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਸਾਨੂੰ ਪਹਿਲਾਂ ਆਪਣੀ ਦਿਨਚਰਿਆ ਜਿਹੜੀ ਉਹ ਠੀਕ ਕਰਨੀ ਪਏਗੀ ਖਾਈਓ ਬੱਚੇ ਵੀ ਸਾਨੂੰ ਵੱਲ ਸਾਡੇ ਵੱਲ ਦੇਖ ਕੇ ਆਪਣੇ ਚੰਗੀਆਂ ਜਿਹੜੀਆਂ ਆਤ ਹੈਗੀਆਂ ਉਹ ਗ੍ਰਹਿਣ ਕਰਦੇ ਬਿਲਕੁਲ ਜਦੋਂ ਅਸੀਂ ਸਕੂਲ ਜਾਂਦੇ ਹੁੰਨੇ ਆ ਜਾਂ ਫਿਰ ਕਾਲਜ ਜਾਂਦੇ ਹੁੰਨੇ ਆ ਤੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਫਲਾਣੇ ਟਾਈਮ ਤੇ ਨਾ ਇੱਕ ਨਾਟਕ ਆਉਂਦਾ ਜਾਂ ਫਲਾਣੇ ਟਾਈਮ ਦੇ ਤੇ ਟੀਵੀ ਤੇ ਇੱਕ ਚੀਜ਼ ਆਉਂਦੀ ਆ ਉਹ ਸਾਡੀ ਮਿਸ ਹੋ ਜਾਂਦੀ ਅਸੀਂ ਤਾਂ ਛੁੱਟੀਆਂ 'ਚ ਉਹ ਦੇਖਣੀ ਹੀ ਦੇਖਣੀ ਤੇ ਫਿਰ ਫੋਨ ਦੇ ਉੱਤੇ ਚਲੋ ਛੋਟੇ ਬੱਚਿਆਂ ਕੋਲ ਫੋਨ ਨਹੀਂ ਹੁੰਦੇ ਉਹਨਾਂ ਨੂੰ ਹੁੰਦਾ ਘਰ ਆ ਕੇ ਫੋਨ ਦੇਖਾਂਗੇ ਜਦੋਂ ਸਕੂਲੋਂ ਵਾਪਸ ਆਵਾਂਗੇ ਪਰ ਹੋਣ ਕੀ ਲੱਗਾ ਛੁੱਟੀਆਂ ਹੋਈਆਂ ਬੱਚਿਆਂ ਨੇ ਚਾ ਚਾਚ ਟੀਵੀ ਦੇਖਣਾ ਸ਼ੁਰੂ ਕੀਤਾ ਤੇ ਕਈ ਬੱਚੇ ਟੀਵੀ ਮੋੜਿਓ ਉੱਠੇ ਹੀ ਨਹੀਂ ਫੋਨ ਉਹਨਾਂ ਨੇ ਛੱਡਿਆ ਹੀ ਨਹੀਂ ਮਾਪੇ ਫਿਰ ਦੁਖੀ ਕਿ ਇਹ ਬੱਚੇ ਤਾਂ ਕਹਿ ਰਹੇ ਜੀ ਨਹੀਂ ਫੋਨ ਤੇ ਟੀਵੀ ਨਾਲ ਸਾਡੀਆਂ ਤਾਂ ਛੁੱਟੀਆਂ ਰੋਚਕ ਹੋ ਰਹੀਆਂ ਪਰ ਮਾਪੇ ਕਹਿ ਰਹੇ ਨਹੀਂ ਤੁਹਾਡੀਆਂ ਅੱਖਾਂ ਖਰਾਬ ਹੋ ਰਹੀਆਂ ਇਹ ਟੀਵੀ ਤੇ ਫੋਨ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਬੰਨਣਾ ਵੀ ਬੜਾ ਔਖਾ ਇੱਥੇ ਹੁਣ ਦੋਸਤੋ ਤੁਸੀਂ ਕਿਉਂਕਿ ਤੁਸੀਂ ਤਾਂ ਅਧਿਆਪਕ ਵੀ ਹੋ ਤੇ ਬੱਚਿਆਂ ਦੇ ਨਾਲ ਤਾਂ ਤੁਹਾਨੂੰ ਚੰਗੀ ਤਰ੍ਹਾਂ ਡੀਲ ਕਰਨਾ ਆਉਂਦਾ ਇੱਥੇ ਕਿਦਾਂ ਸਮਝਾਉਣ ਫਿਰ ਕਰਦੇ ਹੁਣ ਨਿਆਣਿਆਂ ਨੂੰ ਦੇਖੋ ਜਿਹੜੀਆਂ ਟੀਵੀ ਤੇ ਜਿਸ ਤਰ੍ਹਾਂ ਮੋਬਾਈਲ ਫੋਨ ਦੀ ਆਪਾਂ ਗੱਲ ਕੀਤੀ ਹੈ ਜੀ ਜਿਸ ਤਰ੍ਹਾਂ ਅੱਜ ਕੱਲ ਜ਼ਿਆਦਾਤਰ ਆਹੀ ਇਹੀ ਗੱਲ ਕਰਦੇ ਆਂ ਘਰਾਂ ਦੇ ਵਿੱਚ ਵੀ ਔਰ ਸਕੂਲਾਂ ਦੇ ਵਿੱਚ ਵੀ ਕਿ ਟੀਵੀ ਤੇ ਮੋਬਾਈਲ ਫੋਨ ਬੱਚੇ ਦੀ ਜ਼ਿੰਦਗੀ ਜਿਹੜੀ ਖਰਾਬ ਕਰ ਰਹੇ ਖਰਾਬ ਕਰ ਰਹੇ ਜੀ ਪਰ ਅਜਿਹਾ ਨਹੀਂ ਹੈਗਾ ਹਰ ਚੀਜ਼ ਦੇ ਦੋ ਪੱਖ ਹੁੰਦੇ ਆ ਹੂੰ ਇੱਕ ਪੋਜ਼ਿਟਿਵ ਪੱਖ ਹੁੰਦਾ ਹੈ ਇੱਕ 네ਗਟਿਵ ਪੱਖ ਵੀ ਹੁੰਦਾ ਹੈ ਬਿਲਕੁਲ ਜੀ ਅਸੀਂ ਦੂਜੇ ਪਾਸੇ ਦੇਖੀਏ ਤੇ ਟੀਵੀ ਦੇ ਉੱਤੇ ਬਹੁਤ ਸਾਰੇ ਗਿਆਨ ਭਰੂ ਭਰਪੂਰ ਜਿਹੜੇ ਪ੍ਰੋਗਰਾਮ ਹੈ ਉਹ ਵੀ ਟੈਲੀਕਾਸਟ ਕੀਤੇ ਜਾਂਦੇ ਹੁੰਦੇ ਆ ਜੀ ਉਸੇ ਤਰ੍ਹਾਂ YouTube ਦੀ ਗੱਲ ਕਰੀਏ ਸੋਸ਼ਲ ਮੀਡੀਆ ਦੀ ਗੱਲ ਕਰੀਏ ਉਹਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਐਜੂਕੇਸ਼ਨਲ ਵੀਡੀਓਜ਼ ਹੈਗੇ ਆ ਜਿਨੂੰ ਦੇਖ ਕੇ ਬੱਚਾ ਮੋਟੀਵੇਟ ਹੋ ਸਕਦਾ ਹੈ ਔਰ ਬਹੁਤ ਸਾਰੀ ਸਿੱਖਿਆ ਜਿਹੜੀ ਗ੍ਰਹਿਣ ਕਰ ਸਕਦਾ ਜੀ ਇਹ ਡਿਪੈਂਡ ਕਰਦਾ ਹੈ ਸਾਡੇ ਉੱਤੇ ਕਿ ਅਸੀਂ ਉਹਦਾ ਟੇਸਟ ਕਿਸ ਤਰ੍ਹਾਂ ਦਾ ਡਿਵੈਲਪ ਕਰਦੇ ਆਂ ਔਰ ਇਹ ਤੁਸੀਂ ਦੇਖਿਆ ਹੋਵੇਗਾ ਕਿ ਜਿਸ ਤੋਂ ਅਸੀਂ ਜਿਹੜਾ ਸਰਚ ਇੰਜਨ ਹੈਗਾ ਹੈ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਉੱਤੇ ਜੋ ਚੀਜ਼ ਆਪਾਂ ਸਰਚ ਕਰਦੇ ਆਂ ਜਿਸ ਵੀ ਟਾਪਿਕ ਬਾਰੇ ਅਸੀਂ ਸਰਚ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਨੂੰ ਉਹਦੇ ਵਰਗੀਆਂ ਹੀ ਹੋਰ ਚੀਜ਼ਾਂ ਆਪਣੇ ਆਪ ਹੀ ਦਿਖਣੇ ਸ਼ੁਰੂ ਹੋਣ ਲੱਗ ਪੈਂਦੀਆਂ ਜੀ ਕਿਉਂਕਿ ਹਰ ਚੀਜ਼ ਸਾਡੀ ਟਰੈਕ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਅਸੀਂ ਜੋ ਕੁਝ ਵੀ ਸਰਚ ਕਰਦੇ ਆਂ ਉਹ ਜਿਹੜਾ ਸਰਚ ਇੰਜਨ ਉੱਤੇ ਉਹਨੂੰ ਮਾਨੀਟਰ ਕਰ ਰਿਹਾ ਉਹ ਦੇਖ ਰਿਹਾ ਕਿ ਇਸ ਪਰਸਨ ਦਾ ਇਸ ਲੌਗਇਨ ਆਈਡੀ ਦਾ ਕੀ ਟੇਸਟ ਹੈ ਕੀ ਟੇਸਟ ਹੈ ਜੀ ਉਹਦੇ ਟੇਸਟ ਦੇ ਅਕੋਰਡਿੰਗ ਦੀ ਸਾਨੂੰ ਉਹ ਵੀਡੀਓਜ਼ ਉਹ ਕੰਟੈਂਟ ਜਿਹੜੇ ਦਿਖਾਣੇ ਸ਼ੁਰੂ ਕਰ ਦਿੰਦਾ ਜੀ ਅਸੀਂ ਬੱਚੇ ਦਾ ਟੇਸਟ ਪੋਜ਼ਿਟਿਵ ਵਾਲੇ ਪਾਸੇ ਕਰ ਦਿਆਂਗੇ ਤੇ ਉਹ ਪੋਜ਼ਿਟਿਵ ਚੀਜ਼ਾਂ ਸਿੱਖਣਾ ਸ਼ੁਰੂ ਕਰ ਦੇਗਾ ਦੇਖਣ ਦੇਖਣਾ ਸ਼ੁਰੂ ਕਰ ਦੇਗਾ ਤੇ ਆਟੋਮੈਟਿਕਲੀ ਸਾਡੇ ਜਿਹੜੇ ਫੋਨ ਹੈਗੇ ਆ ਜਾਂ ਗੈਜੇਟਸ ਹੈਗੇ ਆ ਉਹ ਵੀ ਉਹਨੂੰ ਉਸੇ ਡਾਇਰੈਕਸ਼ਨ ਵਾਲੇ ਪਾਸੇ ਅੱਗੇ ਲੈ ਕੇ ਜਾਣਗੇ ਔਰ 네ਗੇਟਿਵ ਚੀਜ਼ਾਂ ਤੋਂ ਦੂਰ ਜਿਹੜਾ ਜਾਏਗਾ ਬੱਚਾ ਔਰ ਨਵੀਆਂ ਚੀਜ਼ਾਂ ਸਿੱਖਣ ਨੂੰ ਉਹਨਾਂ ਨੂੰ ਮਿਲਣਗੀਆਂ ਕਿਉਂਕਿ ਇਹ ਬੜਾ ਵੱਡਾ ਪਲੇਟਫਾਰਮ ਹੈ ਬਿਲਕੁਲ ਪਰ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ 90% ਲੋਕੀ ਜਿਹੜੇ ਐਨੂੰ 네ਗੇਟਿਵ ਪਲੇ ਪਾਸੇ ਯੂਜ਼ ਕਰਦੇ ਓਹੋ ਪਰ ਇਹ ਕਿ ਇਹਦਾ ਜਿਹੜਾ ਪੋਜ਼ਿਟਿਵ ਪੱਖ ਹੈ ਉਹ ਦੇਖਿਆ ਹੀ ਨਹੀਂ ਜਾ ਰਿਹਾ ਹੂੰ ਹੂੰ ਉਹ ਦੇਖਣ ਦੀ ਜ਼ਰੂਰਤ ਹੈਗੀ ਹੈ ਔਰ ਇਹਦੇ ਲਈ ਸਾਨੂੰ ਐਜ਼ ਅ ਪੇਰੈਂਟਸ ਐਜ਼ ਅ ਟੀਚਰ ਬੱਚਿਆਂ ਨੂੰ ਮੋਟੀਵੇਟ ਕਰਨਾ ਪਏਗਾ ਤਾਂ ਜੋ ਬੱਚੇ ਉਹਦੇ ਪੋਜ਼ਿਟਿਵ ਪੱਖ ਨੂੰ ਦੇਖਣ ਤੇ ਆਪਣਾ ਜਿਹੜਾ ਆ ਵਿਦਿਆ ਦਾ ਜਿਹੜਾ ਮਿਆਰ ਹੈਗਾ ਉਹ ਹੋਰ ਉੱਚਾ ਕਰਨ ਨਵੇਂ-ਨਵੇਂ ਚੀਜ਼ਾਂ ਸਿੱਖਣ ਨਵੀਆਂ ਐਜੂਕੇਸ਼ਨਲ ਵੀਡੀਓਜ਼ ਦੇਖਣਾ ਪ੍ਰੈਕਟੀਕਲ ਬੜੇ ਵਧੀਆ ਤਰੀਕੇ ਨਾਲ ਉਹ ਚ ਦਿਖਾਇਆ ਜਾਂਦੇ ਸੋ ਇਹ ਸਾਰੀਆਂ ਉਹਨਾਂ ਟੇਸਟ ਡਿਵੈਲਪ ਕਰਨ ਦੀ ਗੱਲ ਹੈ ਬਿਲਕੁਲ ਬੱਚਿਆਂ ਨੂੰ ਅਸਲ ਦੇ ਵਿੱਚ ਬੋਰ ਲੱਗਦਾ ਮੈਨੂੰ ਲੱਗਦਾ ਹੁੰਦਾ ਕੀ ਕਰਦਾ ਬੱਚਿਆਂ ਨੂੰ ਸਿੱਖਿਆ ਲੈਣੀ ਨਹੀਂ ਪਸੰਦ ਉਹਦੇ ਕੋਲ ਬਿੰਦੇ ਉਹ ਵੀ ਦੱਸਣ ਲੱਪੈਂਦਾ ਇਦਾਂ ਨਹੀਂ ਇਦਾਂ ਕਰ ਉਹਦੇ ਕੋਲ ਬਿੰਦੇ ਉਹ ਵੀ ਦੱਸਣ ਲੱਪਨਦਾ ਇਦਾਂ ਨਹੀਂ ਇਦਾਂ ਕਰ ਬੱਚਿਆਂ ਨੂੰ ਹੁੰਦਾ ਕਿ ਸਾਨੂੰ ਇੰਜੋਏ ਵੀ ਕਰ ਲੈਣ ਦਿਓ ਸਾਰੀ ਦਿਹਾੜੀ ਸਾਨੂੰ ਸਿਖਾਉਂਦੇ ਹੀ ਰਹਿੰਨੇ ਸਾਨੂੰ ਸਿਖਾਉਂਦੇ ਹੀ ਰਹਿੰਨੇ ਆ ਤੇ ਛੁੱਟੀਆਂ ਦੇ ਵਿੱਚ ਇਹ ਚੀਜ਼ ਘਰਾਂ 'ਚ ਥੋੜੀ ਜ਼ਿਆਦਾ ਵੱਜ ਜਾਂਦੀ ਆ ਬੱਚੇ ਨੂੰ ਸਿਖਾਉਣਾ ਵੀ ਕਿੰਨਾ ਚਾਹੀਦਾ ਤਾਂ ਜੋ ਬੱਚਾ ਖਿਜੇ ਨਾ ਕਿ ਹਰ ਵੇਲੇ ਮੈਂ ਗਲਤੀ ਰਹਿਣਾ ਮੈਨੂੰ ਕਹੀ ਜਾਂਦਾ ਕੋਈ ਕਹਿੰਦਾ ਆਹ ਕਰ ਕੋਈ ਕਹਿੰਦਾ ਉਹ ਨਾ ਕਰ ਕੋਈ ਕਹਿੰਦਾ ਇਦਾਂ ਨਾ ਕਰ ਇੱਥੇ ਕੀ ਕਹੋਗੇ ਦੇਖੋ ਹਰ ਜੀ ਨੂੰ ਸਮਝਾਉਣ ਦਾ ਇੱਕ ਵੱਖਰਾ ਤਰੀਕਾ ਹੁੰਦਾ ਜਿਵੇਂ ਅਸੀਂ ਸਿੱਧਾ ਕਟਾਸ਼ ਕਰਾਂਗੇ ਕਿ ਇਸ ਚੀਜ਼ ਤੇ ਐਦਾਂ ਨਹੀਂ ਐਦਾਂ ਹੂੰ ਤੇ ਉਹ ਵੀ ਥੋੜਾ ਜਿਹਾ ਨੈਗੇਟਿਵ ਜਿਹੜਾ ਆ ਉਹ ਜੰਦਾ ਕਿ ਜੇ ਉਹਨੂੰ ਕਿਸੇ ਦੇ ਮੋਲਡ ਕਰਕੇ ਕਿਸੇ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹੂੰ ਜਿਸ ਤਰ੍ਹਾਂ ਬੱਚੇ ਨੂੰ ਅਸੀਂ ਸਿੱਧਾ ਕਹਿਣ ਦੀ ਬਜਾਏ ਕਾਵਾਂਗੇ ਕਿ ਇਹ ਚੀਜ਼ ਐਦਾਂ ਨਹੀਂ ਬੇਟਾ ਇਸ ਤਰ੍ਹਾਂ ਕਰਕੇ ਇਹਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕੀਤਾ ਜਾ ਸਕਦਾ ਹੈ ਤੇ ਉਹ ਉਹਨੂੰ ਪੋਜ਼ਿਟਿਵ ਐਂਗਲ ਵਾਲੇ ਪਾਸੇ ਦੇਖੇਗਾ ਔਰ ਉਹਨੂੰ ਉਸ ਕੰਮ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਕਰੇਗਾ ਔਰ ਜਿਹੀਂ ਸਿੱਧਾ ਹੀ ਉਹਨੂੰ ਰੋਕਾਂਗੇ ਤੇ ਉਹ ਸਮਝੇਗਾ ਕਿ ਹਰ ਕੰਮ ਦੇ ਵਿੱਚ ਮੈਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰੋਕ ਰੇ ਹੈ ਗਿਆ ਚਾਹੇ ਪੇਰੈਂਟਸ ਹੈ ਚਾਹੇ ਟੀਚਰ ਹੈ ਤੇ ਫਿਰ ਉਹ ਜਿਹੜੀ ਚੀਜ਼ ਤੋਂ ਇਹ ਉਮਰ ਹੀ ਇਹੋ ਜੀ ਹੁੰਦੀ ਇਸ ਉਮਰ ਦੇ ਵਿੱਚ ਜਿਹੜੀ ਚੀਜ਼ ਤੋਂ ਰੋਕਿਆ ਜਾਏ ਉਹ ਕਰਨ ਨੂੰ ਦਾ ਉਹ ਕਰਨ ਨੂੰ ਦਿਲ ਕਰਦਾ ਔਰ ਬੱਚਾ ਕਰਨ ਦੀ ਕੋਸ਼ਿਸ਼ ਕਰਦਾ ਹੈ ਵੀ ਕਰਕੇ ਦੇਖਦੇ ਆਂ ਵੀ ਇਹ ਜਿਹੜੀ ਚੀਜ਼ ਦੀ ਤੋਂ ਰੋਕਿਆ ਜਾ ਰਿਹਾ ਇਹਨੂੰ ਕਰਕੇ ਕੀ ਹੁੰਦਾ ਜੀ ਸੋ ਜੇ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਇੱਕ ਕਾਉਂਸਲ ਇੱਕ ਕਾਉਂਸਲਰ ਬਣ ਕੇ ਇੱਕ ਅਧਿਆਪਕ ਤੇ ਪੇਰੈਂਟਸ ਬੱਚੇ ਦੇ ਨਾਲ ਵਿਚਰਨਗੇ ਉਹਨੂੰ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਪੱਖ ਜਿਹੜੇ ਐ ਡਿਟੇਲ ਦੇ ਵਿੱਚ ਦੱਸਣਗੇ ਤੇ ਫਿਰ ਮੈਨੂੰ ਲੱਗਦਾ ਹੈ ਕਿ ਬੱਚਾ ਵੀ ਉਸ ਚੀਜ਼ ਨੂੰ ਸਮਝੇਗਾ ਤੇ ਉਸਦੇ ਪੋਜ਼ਿਟਿਵ ਵਾਲੇ ਪਾਸੇ ਹੀ ਉਹਨੂੰ ਦੇਖੇਗਾ 네ਗੇਟਿਵ ਨੂੰ ਉਹਨੂੰ ਨਕਾਰ ਦੇ ਬਿਲਕੁਲ ਕਹਿੰਦੇ ਬੱਚਿਆਂ ਦੇ ਵਿੱਚ ਨਾ ਊਰਜਾ ਬਹੁਤ ਹੁੰਦੀ ਆ ਤੇ ਇਹਨਾਂ ਛੁੱਟੀਆਂ ਦੇ ਦੌਰਾਨ ਬੱਚਿਆਂ ਦੇ ਅੰਦਰ ਜਿਹੜੀ એનર્ਜੀ ਆ ਜਿਹੜੀ ਊਰਜਾ ਆ ਉਹਦਾ ਸਹੀ ਸਟਿਊਟਾਈਲਾਈਜ਼ ਹੋਣਾ ਉਸਦੀ ਸਹੀ ਵਰਤੋਂ ਹੋਣੀ ਵੀ ਜ਼ਰੂਰੀ ਆ ਤੇ ਇਸ ਦੇ ਉੱਤੇ ਕੀ ਕਹੋਗੇ ਤੁਸੀਂ ਕਿ ਸਹੀ ਵਰਤੋਂ ਕਿੱਦਾਂ ਹੋਵੇ એનર્ਜੀ ਦੀ ਭੱਜ ਦੌੜ ਭੱਜ ਦੌੜ ਸਾਰੀ ਦਿਹਾੜੀ ਇੱਧਰ ਉੱਧਰ ਕੀ ਕਹੋਗੇ ਦੇਖੋ ਇਹ ਜਿਹੜੀ ਉਮਰ ਹੈ ਮੈਂ ਸਮਝਦਾ ਕਿ 10 ਸਾਲ ਤੋਂ ਲੈ ਕੇ 20-25 ਸਾਲ ਤੱਕ ਦੀ ਜਿਹੜੀ ਏਜ ਗਰੁੱਪ ਦੇ ਬੱਚੇ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ એનર્ਜੀ ਲੈਵਲ ਹੁੰਦਾ ਹ ਹਰ ਕੰਮ ਨੂੰ ਕਰਨ ਦੀ ਉਹਨਾਂ ਦੇ ਵਿੱਚ ਬਲ ਹੁੰਦਾ ਕਿ ਇਹ ਹਰ ਕੰਮ ਆਪਾਂ ਕਰ ਸਕਦੇ ਆ ਜੀ ਉਸ ਊਰਜਾ ਨੂੰ ਚੈਨਲਾਈਜ਼ ਕਰਨ ਦੀ ਜ਼ਰੂਰਤ ਹੈ ਹਮ ਸਹੀ ਕਿਦਾਂ ਕਰਦੇ ਆ ਔਰ ਜਿਹੜੇ ਪੇਰੈਂਟਸ ਜਾਂ ਅਧਿਆਪਕ ਜਾਂ ਜਿਹੜੇ ਬੱਚੇ ਖੁਦ ਆਪਣੀ ਊਰਜਾ ਨੂੰ ਚੈਨਲਾਈਜ਼ ਕਰ ਲੈਂਦੇ ਆ ਉਹ ਹਮੇਸ਼ਾ ਹੀ ਜਿਸ ਵੀ ਫੀਲਡ ਦੇ ਵਿੱਚ ਜਾਂਦੇ ਆ ਉਸ ਫੀਲਡ ਦੇ ਵਿੱਚ ਚੋਟੀ ਦੇ ਉੱਤੇ ਪਹੁੰਚ ਜਾਂਦੇ ਆ ਅੱਛਾ ਜੀ ਪਰ ਇਹ ਕਿ ਇਹ ਚੈਨਲਾਈਜ਼ ਕਰਨ ਦਾ ਜਿਹੜਾ ਆ ਤਰੀਕਾ ਜਿਹੜਾ ਆ ਉਹ ਦੇਖਣਾ ਪਏਗਾ ਸਾਨੂੰ ਕਈ ਤਰ੍ਹਾਂ ਦੇ ਸਾਈਕੋਲੋਜੀਕਲ ਟੈਸਟ ਹੁੰਦੇ ਆ ਜਿਹੜੇ ਕਿ ਦੱਸਦੇ ਹੈਗੇ ਕਿ ਬੱਚਾ ਕਿਸ ਫੀਲਡ ਦੇ ਵਿੱਚ ਅੱਗੇ ਜਾ ਸਕਦਾ ਹੈ ਬੱਚਿਆਂ ਦੀ ਰੁਚੀ ਜਿਹੜੀ ਹੈਗੀ ਆ ਉਹ ਦੇਖੀ ਜਾ ਸਕਦੀ ਹੈ ਤੇ ਇਦੇ ਨਾਲ ਨਾਲ ਉਹਦਾ ਵਾਤਾਵਰਣ ਕਿ ਕਹੋ ਜਿਆ ਹੈਗਾ ਕਿ ਉਹ ਕਿਸ ਪਾਸੇ ਮੁੜ ਰਿਹਾ ਆ ਉਹ ਦੇਖਣੀ ਦੇਖਣਾ ਬਹੁਤ ਜ਼ਰੂਰੀ ਹੈ ਸੋ ਇਹ ਸਾਰੇ ਪਹਿਲੂ ਜਿਹੜੇ ਆ ਅਹਿਮ ਰੋਲ ਅਦਾ ਕਰਦੇ ਆ ਉਹਦਾ ਵਾਤਾਵਰਣ ਉਹਦਾ ਆਲਾ ਦਵਾਲਾ ਉਹਦੇ ਪੇਰੈਂਟਸ ਉਹਦੇ ਟੀਚਰ ਉਹਦੇ ਜੈਨੇਟਿਕਸ ਇਫੈਕਟ ਉਹਦੇ ਪੇਰੈਂਟਸ ਵੱਲੋਂ ਕੀ ਉਹਨਾਂ ਨੂੰ ਹੈਰਿਡੀਟੀ ਇਫੈਕਟ ਮਿਲੇ ਹੈਗੇ ਆ ਇਹ ਸਾਰੀ ਚੀਜ਼ਾਂ ਵਿੱਚ ਕਾਊਂਟ ਕਰਦੀਆਂ ਫੇਰ ਹੀ ਉਹਨੂੰ ਜਿਹੜਾ ਆ ਉਹ ਆਪਣੇ ਫੀਲਡ ਦੇ ਵਿੱਚ ਇੱਕ ਮਾਹਿਰ ਬਣਾ ਸਕਦੇ ਆ ਬਿਲਕੁਲ ਜਦੋਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ ਇਸ ਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਆ ਅੱਜ ਕਿ ਬੱਚਿਆਂ ਦੀਆਂ ਛੁੱਟੀਆਂ ਨੂੰ ਰੋਚਕ ਕਿੱਦਾਂ ਬਣਾਇਆ ਜਾਵੇ ਪਰ ਬੱਚਿਆਂ ਨੂੰ ਵੀ ਤਾਂ ਕੁਝ ਨਾ ਕੁਝ ਮਾਪੇ-ਬਾਪ ਦੇ ਲਈ ਛੁੱਟੀਆਂ 'ਚ ਕਰਨਾ ਚਾਹੀਦਾ ਕਰਦੇ ਕੰਮਾਂ 'ਚ ਹੱਥ ਬਟਾਉਣਾ ਚਾਹੀਦਾ ਆਪਣੇ ਕੋਲ 2 ਮਿੰਟ ਨੇ ਤੇ ਮੈਂ ਚਾਹੁੰਦੀ ਆ ਆਪਾਂ ਇਸ ਦੇ ਉੱਪਰ ਵੀ ਗੱਲ ਕਰ ਲਈਏ ਕਿ ਬੱਚੇ ਆਪਣੇ ਮਾਪੇ-ਬਾਪ ਦੇ ਲਈ ਕਿੱਦਾਂ ਕੰਮ ਕਰਨ ਬੱਚੇ ਕਿੱਦਾਂ ਸਿਆਣੇ ਹੋਣ ਹਾਲਾਂਕਿ ਸਿਆਣੇ ਹੋਰ ਹੁੰਦੇ ਬੱਚੇ ਹੋਰ ਹੁੰਦੇ ਪਰ ਫਿਰ ਵੀ ਸਿਆਣੇ ਬੱਚੇ ਵੀ ਹੁੰਦੇ ਮੈਂ ਸਮਝਦਾ ਕਿ ਸਿਆਣਪ ਕੱਲੀ ਉਮਰ ਨਾਲ ਨਹੀਂ ਆਉਂਦੀ ਇਹ ਹਾਲਾਤਾਂ ਦੇ ਉੱਤੇ ਵੀ ਨਿਰਭਰ ਕਰਦਾ ਹੈ ਜੀ ਇੱਕ ਮੰਨ ਲਓ ਕੋਈ ਸਕੂਲ ਹੈ ਉਹ ਸਕੂਲ ਦੇ ਵਿੱਚ ਬੱਚਾ ਪੜ ਰਿਹਾ ਉਹਦੇ ਪੇਰੈਂਟਸ ਮਜ਼ਦੂਰੀ ਮਿਹਨਤ ਮਜ਼ਦੂਰੀ ਕਰ ਰਹੇ ਦੂਸਰਾ ਪੇ ਇੱਕ ਬੱਚਾ ਹੈਗਾ ਉਹਦੇ ਪੇਰੈਂਟਸ ਬੜੀ ਵਧੀਆ ਜੌਬ ਕਰ ਰਹੇ ਆ ਤੇ ਦੋਨਾਂ ਦੇ ਹਾਲਾਤ ਜਿਹੜੇ ਆ ਵੱਖਰੇ ਵੱਖਰੇ ਇੱਕ ਬੱਚਾ ਜਿਹੜਾ ਆ ਉਹ ਜਿਹਦੇ ਪੇਰੈਂਟਸ ਬੜੇ ਵੈਲ ਸੈਟਲਡ ਹੈ ਉਹ ਘੁੰਮਣ ਵੀ ਜਾਏਗਾ ਉਹ ਸਾਰੇ ਕੁਝ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਇੱਕ ਜਿਹੜਾ ਦੂਸਰਾ ਬੱਚਾ ਹੈਗਾ ਉਹਨੂੰ ਉਹਦੇ ਰਿਸੋਰਸੇਜ਼ ਇਹੋ ਜਿਹੇ ਨਹੀਂ ਹੈਗੇ ਉਹਦੇ ਹਾਲਾਤ ਇਹੋ ਜਿਹੇ ਨਹੀਂ ਹੈਗੇ ਉਹਦਾ ਉਹਦਾ ਜਿਹੜਾ ਰੁਝਾਨ ਹੋਏਗਾ ਕਿ ਆਪਣੇ ਘਰ ਜਾ ਕੇ ਛੁੱਟੀ ਤੋਂ ਬਾਅਦ ਵੀ ਵੀ ਘਰ ਜਾ ਕੇ ਆਪਣੇ ਪੇਰੈਂਟਸ ਦੀ ਹੈਲਪ ਕੀਤੀ ਜਾਏ ਕਿਸੇ ਅ ਰੋਜ਼ਗਾਰ ਦਾ ਕੋਈ ਸਾਧਨ ਲੱਭਿਆ ਜਾਏ ਤਾਂ ਜੋ 2-4 ਘੰਟੇ ਆਪਣਾ ਕੰਮ ਕਰਕੇ ਉਹ ਆਪਣੇ ਪੇਰੈਂਟਸ ਦੀ ਹੈਲਪ ਰੈਗੂਲਰ ਕਰ ਸਕੇ ਜੀ ਸੋ ਹਾਲਾਤ ਜਿਹੜੇ ਆ ਬੱਚੇ ਨੂੰ ਬੜਾ ਕੁਝ ਸਿਖਾਉਂਦੇ ਆ ਔਰ ਹਾਲਾਤਾਂ ਦੇ ਉੱਤੇ ਹੀ ਜਿਹੜਾ ਆ ਅ ਬੱਚੇ ਦੇ ਉੱਤੇ ਜਿਹੜੀ ਆ ਉਹ ਜ਼ਿੰਮੇਵਾਰੀ ਦੀ ਭਾਵਨਾ ਵੀ ਆਉਂਦੀ ਹੈ ਆਉਂਦੀ ਹੈ ਬਿਲਕੁਲ ਆਉਂਦੀ ਹੈ ਔਰ ਜਿਸ ਤਰ੍ਹਾਂ ਘਰ ਦੇ ਵਿੱਚ ਅਸੀਂ ਗੱਲ ਕਰ ਰਹੇ ਆਂ ਵੀ ਘਰ ਦੇ ਵਿੱਚ ਪੇਰੈਂਟਸ ਦਾ ਹੱਥ ਵਟਾਉਣਾ ਕਿ ਜਿੱਦਾਂ ਲੜਕੀਆਂ ਹੈਗੀਆਂ ਉਹ ਆਪਣੀ ਮਾਤਾ ਦਾ ਘਰ ਦੇ ਵਿੱਚ ਕਿਚਨ ਦੇ ਵਿੱਚ ਹੈਲਪ ਕਰ ਸਕਦੀਆਂ ਔਰ ਉਸੇ ਤਰ੍ਹਾਂ ਜਿਹੜੇ ਲੜਕੇ ਹੈਗੇ ਆ ਉਹ ਦੇ ਪੇ ਜਿਹੜੇ ਫਾਦਰ ਹੈਗਾ ਉਹ ਜਿੱਥੇ ਵੀ ਕੰਮ ਕਰ ਰਿਹਾ ਚਾਹੇ ਖੇਤਾਂ ਦੇ ਵਿੱਚ ਜਾਂ ਮੇਰੇ ਮਜ਼ਦੂਰੀ ਕਰ ਰਿਹਾ ਜਾਂ ਹੋਰ ਕੋਈ ਰੋਜ਼ਗਾਰ ਜਿਹੜਾ ਹੈ ਉਹ ਕੀਤਾ ਕਰ ਰਿਹਾ ਉਦੇ ਵਿੱਚ ਉਹਦੀ ਉਹਨਾਂ ਦੀ ਹੈਲਪ ਜਿਹੜੀ ਕਰਨੀ ਚਾਹੀਦੀ ਹੈ ਲੱਗਦਾ ਹੁੰਦਾ ਕਿ ਜੇ ਬੱਚੇ ਮਾਪੇ ਦੀ ਮੈਂ ਮਾਫ ਚਾਹਨੀ ਮਾਫੀ ਚਾਹਨੀ ਤੁਹਾਡੀ ਗੱਲ ਕੱਟ ਰਹੀਆਂ ਇਹ ਛੁੱਟੀਆਂ 'ਚ ਜੇ ਬੱਚੇ ਮਾਪੇ ਨਾਲ ਕੰਮ ਕਰਨਾ ਚਾਹੀਏ ਥੋੜਾ ਥੋੜਾ ਸਿੱਖਦੇ ਆ ਤੇ ਸ਼ਾਇਦ ਬੱਚਿਆਂ ਨੂੰ ਕੰਮ ਕਰਨ ਦੀ ਆਦਤ ਪੈ ਜਾਂਦੀ ਫਿਰ ਉਹ ਥੱਕਦੇ ਨਹੀਂ ਜ਼ਿੰਦਗੀ 'ਚ ਨਹੀਂ ਥੱਕਦੇ ਫਿਰ ਬਿਲਕੁਲ ਬਿਲਕੁਲ ਸੋ ਇਹ ਉਮਰ ਹੀ ਇਹੋ ਜੀ ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕਰ ਰਹੇ ਆ ਕਿ ਇਹ ਉਮਰ ਇਹੋ ਜੀ ਹੈਗੀ ਹੈ ਇਸ ਉਮਰ ਦੇ ਵਿੱਚ ਅ ਬੱਚਾ ਹਰ ਕੋਈ ਚੀਜ਼ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਹਾਂਜੀ ਜੋ ਵੀ ਚੀਜ਼ ਹਾਲੇ ਦੁਆਲੇ ਹੁੰਦੀ ਹੈ ਉਹ ਦੇਖਦਾ ਹੈ ਤੇ ਉਹਨੂੰ ਗ੍ਰਾਸਪ ਕਰਦਾ ਹੈ ਸੋ ਜਿਸ ਜਦੋਂ ਉਹ ਪੇਰੈਂਟਸ ਦੇ ਨਾਲ ਵਿਚਰੇਗਾ ਇੱਕ ਤੇ ਉਹਨਾਂ ਦੇ ਪੇਰੈਂਟਸ ਦੇ ਹਾਲਾਤ ਬਾਰੇ ਉਹਨਾਂ ਨੂੰ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਹਾਲਾਤਾਂ ਦੇ ਵਿੱਚ ਉਹਦੇ ਦੇਖਭਾਲ ਕਰਨ ਵਾਸਤੇ ਉਹ ਕੰਮ ਕਰ ਰਿਹਾ ਹੈ ਦੂਜਾ ਉਹਦੇ ਨਾਲ ਨਾਲ ਉਹ ਵੀ ਉਹਨੂੰ ਵੀ ਕੰਮ ਕਰਨ ਦੀ ਜਿਹੜੀ ਹੈ ਆਦਤ ਪਵੇਗੀ ਆਦਤ ਪਵੇਗੀ ਤੇ ਆਪਣੇ ਪੇਰੈਂਟਸ ਦੇ ਨਾਲ ਕੰਮ ਕਰਕੇ ਉਹ ਆਪਣੇ ਆਪ ਨੂੰ ਵੀ ਥੋੜਾ ਜਿਹਾ ਮਿਸਕੂਸ ਕਰੇਗਾ ਕਿ ਮੈਂ ਆਪਣੇ ਪੇਰੈਂਟਸ ਦੀ ਹੈਲਪ ਕਰਨ ਦੇ ਕਾਬਿਲ ਹੋ ਗਿਆ ਬਿਲਕੁਲ ਬਹੁਤ ਖੂਬ ਕਿਉਂਕਿ ਜਦੋਂ ਅਸੀਂ ਮਾਪੇ ਦੇ ਨਾਲ ਛੁੱਟੀਆਂ 'ਚ ਕੰਮ ਕਰਦੇ ਆ ਨਾ ਇੱਕ ਤਾਂ ਸਾਨੂੰ ਆਦਤ ਪੈ ਜਾਂਦੀ ਕੰਮ ਕਰਨ ਦੀ ਸਾਨੂੰ ਕੰਮ ਕਰਨਾ ਆ ਜਾਂਦਾ ਤੇ ਨਾਲ ਦੇ ਨਾਲ ਅਸੀਂ ਮਾਪੇ ਦੇ ਨਾਲ ਸਮਾਂ ਬਤਾਉਨੇ ਆ ਤੇ ਅਸੀਂ ਵੀ ਤੁਹਾਡੇ ਨਾਲ ਅੱਜ ਬਹੁਤ ਵਧੀਆ ਸਮਾਂ ਬਤਾਇਆ ਦਰਸ਼ਕੋ ਬੱਚਿਆਂ ਦੀਆਂ ਛੁੱਟੀਆਂ ਨੂੰ ਰੋਚਕ ਕਿਵੇਂ ਬਣਾ ਸਕਦੇ ਆ ਇਸ ਉੱਪਰ ਗੱਲਬਾਤ ਕੀਤੀ ਹੈ ਤੇ ਗੁਰਦਿਆਲ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਚ ਆਏ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਬੁਲਾਇਆ ਤੇ ਸਾਰੇ শ্রোਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸੁਣਿਆ ਥੈਂਕ ਯੂ ਪ੍ਰੋਗਰਾਮ ਗੱਲਾਂ ਤੇ ਗੀਤੇ ਵਿੱਚ ਅੱਜ ਦੇ ਲਈ ਇੰਨਾ ਹੀ ਬਰुण ਕੌਰ ਮਾਨੂ ਦੀ ਆਗਿਆ ਧੰਨਵਾਦ